ਦੇਖਾਂ ਇਥੇ ਕਿਹੜਾ ਦਿਨ ਚੰਗਾ ਆਉਂਦਾ ਗਾ, ਕਿਹੜਾ ਕਿਵੇਂ। ਬੇਬੇ ਕਿਵੇਂ ਡੈਰੀ ਚੱਕੀ ਬੈਠੀ, ਕੀ ਕਰਦੀ ਆ ਡੈਰੀ ਨਾ? ਡੈਰੀ ਦਾ ਕੀ ਕਰਨਾ ਸੀ ਭਾਈ, ਦਿਨ ਦੇਖਦੀ ਸੀ ਮੈਂ ਕਿਹੜਾ ਦਿਨ ਚੰਗਾ ਆਉਂਦਾ ਤੇ ਕਿਹੜਾ ਦਿਨ ਮਾੜਾ ਆਉਂਦਾ ਗਾ। ਤੇਰੇ ਤਾਈ ਦੇ ਮੁੰਡੇ ਦਾ ਵਿਆਹ ਨਹੀਂ ਕਰਾਂਗੇ ਫਿਰ ਆਪਾਂ ਹੁਣ? ਨਾ ਵਿਆਹ ਦੀ ਹਜੇ ਕੋਈ ਗੱਲਬਾਤ ਤਾਂ ਹੈ ਨਹੀਂ, ਤਾਈ ਨੇ ਤਾਂ ਕਿਹਾ ਨਹੀਂ। ਜੇ ਤਾਈ ਨੇ ਨਹੀਂ ਕਿਹਾ ਭਾਈ ਕੋਈ ਗੱਲ ਨੀ, ਫਿਰ ਆਪਾਂ ਕਾਹਦੇ ਖਾਤਰ ਆਪਾਂ ਕਹਿ ਦਾਂਗੇ ਤਾਂ ਕੀ ਹੈਗਾ, ਕਹਿ ਦੂਗੀ ਬਥੇਰਾ ਤੇਰੇ ਤਾਈ। ਦਿਨ ਤਾਂ ਦੇਖ ਲਈਏ ਵੀ ਕਿਹੜਾ ਦਿਨ ਚੰਗਾ ਆਉਂਦਾ। ਅੱਛਾ ਦਿਨ ਪਹਿਲਾਂ ਹੀ ਕੱਢ ਕੇ ਰੱਖ ਲੇਂਗੀ? ਫਿਰ ਕਹਿੰਦਾ ਪਹਿਲਾਂ ਕਿੱਡੀ ਕੁ ਗੱਲ ਆ, ਕੱਢ ਕੇ ਰੱਖ ਲਾਂਗੇ। ਤੇ ਜੇ ਤਾਈ ਨੇ ਕਹਿਤਾ ਵੀ ਮੈਂ ਤਾਂ ਐਤਕੀ ਕਰਦੀ ਨਹੀਂ ਵਿਆਹ, ਫਿਰ ਕਰਦੀ ਕਿਉਂ ਨੀ ਭਾਈ, ਇਹ ਤਾਂ ਆਪਦੇ ਸਾਰੇ ਕਰਨਾ, ਵਿਆਹ ਕਰਾਂਗੇ ਕਹਿੰਦੇ ਹੁਣ ਸਵੇਰੇ, ਕੀ ਪਤਾ ਕਰੋ ਆਪਾਂ ਅੱਡ ਅੱਡ ਹੋ ਜਾਈਏ। ਹੁਣ ਉਹਨੇ ਵਿਆਹ ਕਹਿੰਦੇ ਮੁੰਡੇ ਜੀ ਸਗਨ ਪਾਇਆ ਤੇ ਸਭ ਕੁਝ ਕਰਿਆ ਤੇ ਲੋਕਾਂ ਨੇ ਵਿਆਹ ਕਢਾ ਲਿਆ, ਆਪਾਂ ਵੀ ਕਢਾਵਾਂਗੇ, ਵਿਆਹ ਕਰਾਂਗੇ ਹੀ। ਚੱਲ ਵਿਆਹ ਤਾਂ ਕਰ ਲਾਂਗੇ ਬੇਬੇ, ਕੀ ਤਰੀਕ ਦਾ ਜੋੜਿਆ ਤਾਂ ਫਿਰ ਕਿੱਥੇ ਜੀ? ਮੈਂ ਤਾਂ ਆਹ ਦੇਖਿਆ ਸੀਗਾ ਜਿਹੜਾ 28 ਤਰੀਕ ਦਾ, ਇਹ ਚ ਐਤਵਾਰ ਆਉਂਦਾ ਦੇਖ, ਇਹ ਚ ਤਾਂ ਕਹਿੰਦੇ ਕੋਈ ਗੱਲ ਜੀ ਲੋਟ ਨੀ ਆਉਂਦੀ ਮੈਨੂੰ ਤਾਂ। 28 ਜਾਣਾ ਬੇਬੇ ਕੱਢਨੇ, 28 ਦਾ ਤਾਂ ਹੈਗਾ ਮੈਨੂੰ ਵਿਆਹ। ਅੱਛਾ ਆਹੋ ਤਾਂ ਮੈਂ ਪਿੰਡ ਜਾਣਾ ਆਪਦੇ। ਫਿਰ ਆਪਾਂ ਤਾਂ ਐਤਵਾਰ ਆਉਂਦਾ ਗਾ ਕਹਿੰਦੇ 4 ਤਰੀਕ ਦਾ, ਨਾਲੇ ਨੌਵੀਂ ਆਉਂਦੀ ਉਹਦੇ ਨਾਲ 22 ਮਾਘ ਆ ਗਿਆ। 4 ਤਰੀਕ ਦਾ? ਹਾਂ 4 ਤਰੀਕ ਦੇ ਦਿਨ ਐਤਵਾਰ ਤੇ ਮਾਘ ਦੀ ਨੌਵੀਂ ਆ ਗਈ ਤੇ 22 ਮਾਘ ਆ ਗਿਆ। ਇਹ ਚ ਕੁਛ ਨੀ ਹੁਣ? ਨਾ ਨਾ ਕੁਛ ਨੀ। ਹਾਂ ਠੀਕ ਹੈ, ਦਿਨ ਹਾਂ ਰੱਖ ਲੈਣੇ ਆਪਾਂ। ਜੇ ਕੋਈ ਨੀ 28 ਦੱਸੀ, ਜੇ ਆਪਾਂ 5 ਤਰੀਕ ਦਾ ਦੇਖਦੇ ਆ ਉਹ ਚ ਗੰਡ ਮੋੜ ਸ਼ੁਰੂ ਹੋ ਜਾਣਗੇ ਭਾਈ, ਫਿਰ ਇਹ ਨੀ ਲੋਟ ਆਉਂਦਾ। ਫਿਰ 7 ਤਰੀਕ ਤੱਕ ਨੀ ਕਹਿੰਦੇ ਵਿਆਹ ਲੋਟ ਆਉਂਦਾ ਆਪਾਂ, 4 ਤੋਂ ਬਾਅਦ। ਵੀ ਵਿਆਹ ਪੱਕਰੀ ਕੱਢ ਲਾਂਗੇ, ਕਢਾ ਕਿੰਨੀ ਲੈਣੀ? ਤੇ ਕਢਾ ਕੇ ਲਾਂਗੇ ਭਾਈ, ਵਿਆਹ ਨੂੰ ਕੀ ਹੁੰਦਾ, ਉਹ ਵੀ ਡੈਰੀ ਦੇਖ ਕੇ ਕੱਢਣਗੇ ਗੰਡ ਮੋੜ, 5 ਘਾ ਨਾ ਹੋਣ, ਵਿਆਹ ਨੂੰ ਕੀ ਦਿਨ ਸ਼ੁੱਧ ਹੋਣਾ ਚਾਹੀਦਾ। ਚਲੋ ਤਾਂ ਠੀਕ ਹੈ। ਅਰੇ ਜੇ ਆਪਾਂ ਹੁਣ 4 ਤਰੀਕ ਦਾ ਵਿਆਹ ਰੱਖਦੇ ਆ, ਗਾਹਾਂ 3 ਦਿਨ ਗੰਢ ਮੋੜ ਆ ਗਏ ਤੇ ਆਹ ਕਹਿੰਦੇ 14 ਆ ਗਏ, ਆਪਾਂ ਹੀ ਲੱਸੀ ਪਈ ਜੂਗੀ ਨਾਲੇ, ਤੇ ਨਾਲੇ ਆਪਾਂ ਮੱਸਿਆ ਤੇ ਚੱਲਾਂਗੇ ਮਠਿਆਈ ਸਰ। ਅੱਛਾ ਹਾਂ, 9 ਤਰੀਕ ਦੀ ਮੱਸਿਆ ਆ ਗਈ ਸੁੱਖਣਾ। ਚੱਲ ਵਧੀਆ ਬੇਬੇ ਤਾਂ। ਹਾਂ ਤੇ ਫਿਰ ਭਾਈ, ਫਿਰ 10 ਤਰੀਕ ਦੀਆਂ 5 ਘਾ ਸ਼ੁਰੂ ਹੋ ਗਈਆਂ, ਫਿਰ ਨੀ ਲੋਟਾ ਹੋਣਾ। ਡੇਰੀ ਤਾਂ ਬੰਦ ਕਰ, ਮੇਰੀ ਗੱਲ ਸੁਣ ਪਹਿਲਾਂ। ਮੈਂ ਤੇਰੀ ਸੁਣ ਲੈਣੀ ਆ, ਮੈਨੂੰ ਦੇਖਣਾ ਦੇ ਦਿਮਾਗ ਚ ਨਾ ਗੱਲ ਲਿਆਉਂਦੇ। ਹਾਂ ਦੱਸ। ਦਿਮਾਗ ਤਾਂ ਤੇਰੇ ਆਈ ਪਈ ਹੈ ਹੁਣ, ਮੈਂ ਤੈਨੂੰ ਦੱਸਾਂ, ਸਿਆਣਾ ਸੁਣਾ ਭਾਈ, ਜਿੰਨਾ ਮੇਰਾ ਉਨੀ ਸਿਆਣਾ ਕਰਾਇਓ, ਮੈਂ ਤੈਨੂੰ ਦੱਸਾਂ। ਹਜੇ ਕਹਿੰਦੇ ਹੱਥ ਨਾ ਪੱਲੇ ਬਾਜ਼ਾਰ ਖੜੇ ਹੱਲੇ ਉਹ ਗੱਲ ਮੰਗੋ, ਹਜੇ ਕਹਿੰਦੇ ਮੈਂ ਤਾਂ ਵਿਆਹ ਦੇਖੀ ਜਾਂਦੇ, ਤੇਰੇ ਤਾਈ ਨੇ ਕੋਈ ਗੱਲ ਨੀ ਸ਼ਾਇਦ, ਤੂੰ ਪਹਿਲੇ ਕਹਿੰਦੀ ਮੇਰੇ ਜਿੰਨਾ ਸੋਹਣਾ ਪਾਓ, ਕਿਉਂ ਕੀ ਗੱਲ ਭਾਈ ਭਾਈ, 5 ਤੋਲੇ ਮੈਨੂੰ ਪਾਏ ਆ ਤੇ 5 ਤੋਲੇ ਤਾਈ ਦੀ ਨੂੰ ਕਰਾ ਲਿਓ, ਐ ਨਾ ਹੋਵੇ ਕੀ ਪਤਾ ਤੁਹਾਡਾ, ਤੁਸੀਂ ਕਹਿ ਦਿਓ ਲੈ ਵੱਧ ਕਰਾ ਲੈਣਗੇ, ਕੀ ਹੁੰਦਾ ਭਾਰੀ ਕਰਾਇਆ ਹੁਣ ਸੈੱਟ, ਸੈੱਟ ਜਮਾ ਮੇਰੇ ਨਾਲ ਦਾ ਕਰਾਓ, ਮੇਰਾ ਸੈੱਟ ਲੈ ਕੇ ਜਾਇਓ, ਨਾ ਤਾਂ ਪੂਰੇ ਸਾਵੇਂ ਡਿਜ਼ਾਈਨ ਦਾ ਕਰਾਓ, ਨਾ ਤਾਂ ਪੂਰੇ 5 ਦਾ ਬਣੇ, ਮੈਂ ਨਾ 4.5 ਦਾ ਬਣੇ, ਨਾ 5.25 ਦਾ ਬਣੇ, ਉਹ ਤਾਂ ਜਿੰਨੇ ਦਾ ਸੈੱਟ ਬਣੂ ਉਹਨੇ ਦਾ ਬਣੂਗਾ, 2 ਰੱਤਗਾ 4 ਵੱਧ ਵੀ ਸਕਦੇ ਆ ਤੇ ਘੱਟ ਵੀ ਸਕਦੇ ਆ। ਘੱਟ ਭਾਵਾਂ ਬਣਵਾ ਦਿਓ, ਮੈਂ ਤਾਂ ਉਹਦਾ ਸੈੱਟ ਫੜਾਉਂਗੀ ਨਾ। 5 ਤੋਲਿਆਂ ਤੋਂ ਘੱਟ ਪਣਾਈ ਚ ਨਹੀਂ ਮੈਂ ਕਰਦੀ, ਕਹਿੰਦੇ ਜੇ ਮੈਂ ਮੂਹਰੇ ਹੁਣ ਮੈਂ ਪਣਾਈ ਚ ਕਰਦਿਆਂ, ਜਾਂ ਤਾਂ 5 ਤੋਲਿਆਂ ਤੋਂ ਉੱਤੇ ਬਣੂ ਭੋਰਾ, ਜਾਂ 5 ਤੋਲਿਆਂ ਦਾ ਮੈਨੂੰ ਘੱਟ ਘੁੱਟ ਨਹੀਂ ਮੈਂ ਕਰਾਉਂਦੀ, ਤੇ ਫਿਰ ਮੇਰਾ ਪੂਰੇ 5 ਦੀ ਮੇਰਾ ਕਿਹੜਾ ਤੂੰ ਵੱਧ ਕਰਾਏ, ਲੈ ਤੇਰਾ ਪੂਰਾ 5 ਦਾ ਸੁਨਿਆਰ ਨੇ ਬਣਾਤਾ, 5 ਦਾ ਪੂਰਾ ਬਣ ਕੇ ਤੈਨੂੰ ਕੀ ਪਤਾ 5 ਦਾ ਉੱਤੇ ਹੀ ਹੋਊਗਾ, ਰੱਤੀਆਂ 2 ਰੱਤੀਆਂ ਘੱਟ ਤਾਂ ਨਹੀਂ ਪਣਾਈ ਚ ਤਾਂ ਨਹੀਂ, ਲੈ ਰੱਤੀਆਂ ਤਾਂ ਫਿਰ ਮੈਂ ਵੀ ਨਹੀਂ ਕਹਿੰਦੀ, ਮੈਂ ਤਾਂ ਉਹਨੂੰ ਕਹਿੰਦੀ ਆ ਜਿਹਦਾ ਨੂੰ ਹਜੇ ਵਿਆਹ ਕਰਾਂਗੇ ਕਢਾਵਾਂਗੇ, ਦੇਖੀਓ ਤੁਹਾਨੂੰ ਪਹਿਲਾਂ ਸਿਆਉਣੇ ਦਾ ਹੋ ਗਿਆ, ਆ ਕੇ ਕਹਿੰਦੇ ਜਲਾਹੇ ਨਾ ਠੈਂਗੋ ਠੈਂਗੀ ਪਹਿਲੇ ਹੀ ਹੋ ਗਏ, ਕਹਿੰਦੇ ਹੱਥ ਨਹੀਂ ਪੱਲੇ ਨਹੀਂ ਹਜੇ, ਹੱਥ ਪੱਲੇ ਕਿਉਂ, ਤੁਹਾਡੇ ਹੱਥ ਪੱਲੀ ਹੈ, ਦੋਨਾਂ ਦੀ ਚੱਲਦੀ ਹੈ। ਚੱਲ ਚੋੜਾ ਤੂੰ ਤਾਂ ਕਲੇਸ਼ ਕਰਨਾ ਹੁੰਦਾ, ਕੋਈ ਗੱਲ ਚੱਜ ਦੀ ਕਰ ਨਹੀਂ ਦਿੰਦੀ ਮੈਨੂੰ, ਮੈਂ ਕੀ ਨਹੀਂ ਕਰਨ ਦਿੰਦੀ, ਮੇਰੇ ਵੇਲੇ ਦੇਖ ਲੈ ਕਿਵੇਂ ਉਹ ਕਰਦੀ ਹੈਗੀ, ਹੈ ਮੈਂ ਤਾਂ ਮੱਝਾਂ ਨੂੰ ਨੀਰਾ ਪਾ ਕੇ ਨਹੀਂ, ਤੁਹਾਡਾ ਤਾਂ ਲੋਟ ਹੀ ਨਹੀਂ ਹੁੰਦਾ, ਸਿਉਣਾ ਤਾਂ ਮੈਂ ਜਮਾ ਨਹੀਂ ਵੱਧ ਕਰਾਉਣ ਦਿੰਦੀ, ਸਿਉਣਾ ਤਾਂ ਮੈਂ ਉਨੀ ਕਰਵਾਉਣ ਦਿਉ, ਨਾਲ ਦੇਉਂਗੀ ਉਹਦਾ ਸੈੱਟ ਵੀ ਸਾਵੇਂ ਡਿਜ਼ਾਈਨ ਦਾ ਕਰਵਾ ਕੇ ਲਿਆਇਓ, ਜਿਹੜੇ ਡਿਜ਼ਾਈਨ ਦਾ ਮੇਰਾ ਹੈਗਾ, ਫੇਰ ਕਿਵੇਂ ਵੱਧ ਕਰ ਦੂ, ਦੁਕਾਨ ਵਾਲਿਆਂ ਨੂੰ ਕਹਿ ਦੂ। ਲੈ ਫੇਰ ਹੀ ਸੁਭਰੂੰਗੀ, ਤੇਰਾ ਭਾਣ ਨਾਲ ਹੀ ਰਾਏ ਪਾਸ ਕਰਦੀ ਆ, ਫੇਰ ਵੀ ਸਿਆਣੀ ਆਈ, ਮੈਨੂੰ ਤਾਂ ਇੰਨੀ ਕੋਈ ਪਤਾ ਹੀ ਨੀ ਕਿਸੇ ਗੱਲ ਦਾ।
ਕਿਵੇਂ ਭੜਕਲੂ ਬੋਲੀ ਜਾਂਦੀ ਬਹਿ ਜਾ ਨੀ ਭੈਣੇ ਕੱਲੀ ਕੀ ਬੋਲੀ ਜਾਂਦੀ ਆ ਮੈਂ ਹੁਣ ਪਤਾ ਮੈਂ ਸੁੰਬਰ ਲੱਗਦੀ ਸੀ ਅੱਛਾ ਫਿਰ ਮੈਂ ਕਿਹਾ ਧੁੱਪ ਗਈ ਹੁਣ ਆਪਾਂ ਚਾਹ ਤਾਂ 2 ਮਿੰਟ ਬਹਿ ਜਾਵਾਂਗੇ ਤੇ ਨਾਲੇ ਮੈਂ ਕਿਹਾ ਆਪਾਂ ਕੋਈ ਦੇਖ ਸਕੀਮ ਕਰ ਲਈਏ ਹੁਣ ਮੈਂ ਕਿਹਾ ਆਪਾਂ ਵਿਆਹ ਕਢਾ ਲਈਏ ਸਾਰਿਆਂ ਨੇ ਵਿਆਹ ਕਢਾ ਛੱਡੇ ਨੇ ਕਢਾ ਲੈਣੇ ਭੈਣੇ ਪਹਿਲਾਂ ਫਿਰ ਕੁੜੀ ਵਾਲਿਆਂ ਨੂੰ ਪੁੱਛੋ ਤੁਸੀਂ ਵੀ ਕੀ ਕਹਿੰਦੇ ਕੀ ਨਾ ਦੇਖ ਤੁਹਾਡੇ ਕੋਲ ਤਾਂ ਫੋਨ ਆਉਂਦਾ ਮੁੰਡੇ ਕੋਲੇ ਵੀ ਆਉਂਦਾ ਉਹਨਾਂ ਨੂੰ ਪੁੱਛੋ ਵੀ ਕੀ ਕਹਿੰਦੇ ਆ ਭਾਈ ਕੁੜੀਆਂ ਤਾਂ ਹੁਣ ਆ ਜਾਂਦੇ ਵੀ ਤੁਸੀਂ ਵਿਆਹ ਕਢਾ ਕੇ ਦੇ ਦਿਓ ਭਾਈ ਤੁਹਾਡਾ ਹੀ ਹੱਕ ਹੈਗਾ ਫਿਰ ਵਿਆਹ ਕਢਾਉਣ ਦਾ ਤਾਂ ਕਿੱਡੀ ਗੱਲ ਹੈ ਭੈਣੇ ਆਪਾਂ ਵਿਆਹ ਕਢਾ ਲਾਂਗੇ ਹੋਰ ਫਿਰ ਆਪਾਂ ਕਢਾਈਏ ਫਿਰ ਆਏ ਨੀ ਪਤਾ ਵੀ ਹੁਣ ਕੀ ਪਤਾ ਕਿੰਨੇ ਕੁ ਚਿਰ ਦਾ ਨਿਕਲੂਗਾ ਫਿਰ ਤੈਨੂੰ ਪਤਾ ਤੁਹਾਨੂੰ ਮੂਹਰੇ ਫਸਲਾਂ ਫਿਰ ਸ਼ਰਮਾ ਆ ਜਾਂਦੀਆਂ ਨੇ ਹਾਂ ਇਹ ਤਾਂ ਹੈਗਾ ਗਾ ਵਿਆਹ ਕਢਾਉਣ ਨੂੰ ਕੀ ਹੈ ਭੈਣੇ ਵਿਆਹ ਆਪਾਂ ਡੈਰੀ ਲਿਆਓ ਡੈਰੀਆਂ ਤਾਂ ਹੁਣ ਤਾਂ ਦਿਨ ਤਰੀਕ ਦੇਖ ਲੈਣਾ ਅਗਲਾ ਤੇ ਵਿਆਹ ਦਾ ਦਿਨ ਰੱਖ ਲਾਂਗੇ ਆਪਾਂ ਕਢਾ ਲਾਂਗੇ ਉਹਦੇ ਉੱਤੇ ਚਲ ਭਾਈ ਦੇਖ ਮੈਨੂੰ ਤਾਂ ਹੁਣ ਇੰਨਾ ਪਤਾ ਨਹੀਂ ਹਨਾ ਤੂੰ ਤਾਂ ਹੁਣ ਵਿਆਹ ਤਿਆਰ ਕਰਿਆ ਤੈਨੂੰ ਤਾਂ ਹੁਣ ਪਤਾ ਦੇਖ ਮੈਂ ਤਾਂ ਅਜੇ ਤੱਕ ਕੋਈ ਕਰਿਆ ਨਹੀਂ ਤੇ ਵੀ ਤੂੰ ਫਿਰ ਕਿਵੇਂ ਭਾਈ ਤੈਨੂੰ ਚੰਗੀ ਲੱਗਦੀ ਆ ਗੱਲ ਤੂੰ ਉਵੇਂ ਕਰ ਮੈਂ ਤਾਂ ਕਹਿੰਦੇ ਉਹਦੇ ਵਿੱਚ ਕਹਿੰਦੇ ਦੇਖਿਆ ਸੀਗਾ ਤੇਰੇ ਕਹਿਣ ਤੋਂ ਪਹਿਲੇ ਦੇਖਿਆ ਸੀ ਮੈਂ ਡੈਰੀ ਚ ਵੀ ਇੱਕ ਤਾਂ ਆਉਂਦਾ ਸੀਗਾ 28 ਤਰੀਕ ਦਾ ਠੀਕ ਹੈ ਹਾਂ ਤੇ ਇੱਕ ਆਉਂਦਾ ਗਾ ਕਹਿੰਦੇ 4 ਤਰੀਕ ਦਾ ਐਤਵਾਰ ਦਿਨ ਆਉਂਦਾ ਗਾ ਜੁਮੀ ਨੂੰ ਕੜਾਹੀ ਚੜਾ ਕੇ ਆਪਾਂ ਨੂੰ ਅੱਛਾ ਹਾਂ ਤੇ ਇੱਕ ਆਉਂਦਾ ਸੀ 28 ਤਰੀਕ ਦਾ ਉਹ ਵੀ ਮੈਨੂੰ ਤਾਂ ਲੱਗਦਾ ਕਹਿੰਦੇ ਐਤਵਾਰ ਦੇਖਿਆ ਸੀਗਾ ਉਹਨੂੰ ਬਾਹਰ ਦੇਖਿਆ ਸੀ ਮੈਂ ਉਹ ਵੀ ਆਈ ਆਉਂਦਾ ਸੀ 28 ਤਾਂ ਫਿਰ ਭਾਈ ਵਾਲੀ ਨੇੜੇ ਆ ਹਾਂ ਹੁਣ 4 ਤਰੀਕ ਦਾ ਆਉਂਦਾ ਹੁਣ ਤੂੰ ਦੇਖ ਲੈ ਵੀ ਉਹੀ ਰੱਖਣਾ ਕਿ ਕਿਵੇਂ ਕਰਨਾ ਗਾ ਆਪਾਂ ਫਿਰ 4 ਦਾ ਹੀ ਰੱਖ ਲਾਂਗੇ ਹਾਂ ਫਿਰ ਹਾਂ ਕਰ ਲਾਂਗੇ 4 ਤਰੀਕ ਦਾ ਰੱਖ ਲਾਂਗੇ ਤੇ ਆਪਾਂ ਕਹਿੰਦੇ ਮੁੰਡੇ ਦਾ ਵਿਆਹ ਕੁੜੀ ਵਾਲੇ ਜ਼ਿਆਦਾ ਸੋਚ ਹੋ ਜਾਂਦੀ ਹੈ ਲੀੜਾ ਕਰਤਾ ਕਹਿੰਦੇ ਇਕੱਠਾ ਕਰਨਾ ਸਾਰਾ ਕੁਝ ਹੋ ਜਾਂਦਾ ਕੁੜੀਆਂ ਦਾ ਵੱਡਾ ਪ੍ਰੋਗਰਾਮ ਹੋ ਜਾਂਦਾ ਪੁੱਤਾ ਦਾ ਤਾਂ ਛੋਟਾ ਹੀ ਹੁੰਦਾ ਦੇਖ ਚਲ ਆਪਾਂ ਤਾਂ ਕੀ ਕਰਨਾ ਬਸ ਬਰੀ ਖਰੀਦਣੀਆਂ ਜਾਂ ਕੋਈ ਟੂਮ ਛੱਲਾ ਖਰੀਦਣਾ ਹਾਂ ਤਿਆਰੀ ਵਿਆਰੀ ਆਪਣੀ ਤਾਂ ਆਪਾਂ ਕਿਹੜਾ ਹਾਂ ਵੀ ਕੁੜੀ ਦਾ ਵਿਆਹ ਆਪਾਂ ਬਿਸਤਰੇ ਭਰਾਉਣੇ ਨੇ ਬਿਸਤਰੇ ਭਰਾਉਣੇ ਆ ਜਾਂ ਕੰਮ ਹੈਗਾ ਹਨਾ ਚਲ ਕੋਈ ਨਾ ਜਿਵੇਂ ਜੇ ਕਹਿੰਦੇ ਤੂੰ ਕਹੀਂ ਵੀ ਆ ਬਸ ਆਪਾਂ ਉਵੇਂ ਜੇ ਕਰ ਲਾਂਗੇ ਵਿਆਹ 4 ਤਰੀਕ ਦਾ ਆਪਾਂ ਦਿਨ ਦੇ ਦੀ ਉਹਨਾਂ ਨੂੰ ਜੇ ਫੋਨ ਆਇਆ ਉਸ ਦਿਨ ਤੇ ਆਪਾਂ ਕਹਿੰਦੇ ਵਿਆਹ ਅਸਲ ਵਿੱਚ ਤਾਂ ਉਹ ਕੁੜੀ ਵਾਲੀ ਭੇਜਣਗੇ ਵਿਆਹ ਉਹ ਤਰੀਕ ਦੱਸ ਦੇ ਹੁਣ ਤਾਂ ਹੁਣ ਮੁੰਡਿਆਂ ਵੀ ਭੇਜ ਦਿੰਦੇ ਕੁੜੀ ਵਾਲੀ ਕੁੜੀ ਵਾਲੀ ਵੀ ਭੇਜ ਦਿੰਦਾ ਹੁਣ ਤਾਂ ਕੋਈ ਨਿੰਦ ਵਿਚਾਰ ਜੀ ਹੈ ਨਾ ਹੈ ਹੀ ਨਹੀਂਗੀ ਹੁਣ ਤਾਂ ਅਗਲਾ ਇੱਕ ਘਰ ਚੋਂ ਦੋਨਾਂ ਘਰਾਂ ਚੋਂ ਇੱਕ ਕਢਾ ਕੇ ਅਗਲਾ ਭੇਜ ਦਿੰਦਾ ਭੇਜ ਦਿੰਦਾ ਨਾ ਚਲ ਕੋਈ ਨਾ ਭੈਣੇ ਵਿਆਹ ਤਾਂ ਕਰਨਾ ਹੀ ਹੈਗਾ ਕਹਿੰਦੇ ਜੇ ਸਭ ਦੇ ਵਿਆਹ ਨਿਕਲੇ ਆਪਾਂ ਵੀ ਕਢਾਉਣਾ ਹੀ ਹੈ ਕੋਈ ਨਾ ਆਪਾਂ ਲੀੜੇ ਲਿਆਵਾਂਗੇ ਜਾ ਕੇ ਇੱਕ ਅੱਧੇ ਦਿਨ ਚ ਤੇ ਨਾਲੇ ਕਹਿੰਦੇ ਆਪਾਂ ਹੋਰ ਸਮਾਨ ਜਿਹੜਾ ਲਿਆਉਣਾ ਉਹ ਲਿਆਵਾਂਗੇ ਹਾਂ ਨਹੀਂ ਭੈਣ ਤਾਂ ਵੀ ਭਮਾ ਦੀ ਕਿਵੇਂ ਆਪਣੇ ਮੁੰਡੇ ਦਾ ਵਿਆਹ ਤਾਂ ਵੀ ਐਵੇਂ ਦਾ ਸੁੱਖ ਨਾਲ ਕੋਈ ਪੈਸਾ ਆਟਾ ਘਰ ਦੀ ਘਰ ਦੀ ਤਿਆਰੀ ਵਿਆਰੀ ਸਭ ਸਕੀਮ ਹੁੰਦੀ ਹੈ ਹਾਂ ਇਹ ਤਾਂ ਹੁੰਦਾ ਗਾ ਭੈਣੇ ਹੋਣ ਨੂੰ ਤਾਂ ਕੀ ਹੁੰਦਾ ਗਾ ਸਿਆਣਾ ਸਭ ਤਾਂ ਕੁਛ ਨਾ ਕੁਛ ਤਰ ਕੋਈ ਪਿਆਉ ਮਾੜਾ ਮੋਟਾ ਹੀ ਹੂ ਫਿਰ ਉਹਨੇ ਕਨਾਲ ਤਾਂ ਕੀ ਹੁੰਦਾ ਗਾ ਚਲ ਇਹ ਤਾਂ ਮਾੜਾ ਮੋਟਾ ਤਾਂ ਆਪਾਂ 5 ਤੋਲੇ ਹਰਪ੍ਰੀਤ ਨੂੰ ਪਾਏ 5 ਉਹਨੂੰ ਪਾ ਦਾਂਗੇ ਹਾਂ ਫਿਰ ਉਹਨੇ ਤਾਂ ਪਾਉਣੀ ਪੈਣਗੇ ਚਾਹ ਜੇ ਤੋਲਾ ਵੱਧ ਪਈ ਜੂ ਤਾਂ ਨਹੀਂ ਬਾਤ ਤਾਂ ਭੈਣੇ ਹੁਣ ਕਹਿੰਦੇ ਫਿਰ ਹੁਣ ਮੇਰੀ ਨੂੰ ਵੀ ਕਲੇਸ਼ ਕਰੂਗੀ ਮੈਨੂੰ ਆਖੂਗੀ ਕਹਿੰਦੇ ਇੱਧਰ ਵੱਧ ਪਾਉਣਾਗੇ ਆਪਾਂ ਤਾਂ ਇੱਕੋ ਜਿਹਾ ਹੀ ਪਊਗਾ ਆਪਾਂ ਨੂੰ ਲੀੜਾ ਕਰਤਾ ਤਾਂ ਚੱਲ ਆਜੂਗਾ 1000-2000 ਮਹਿੰਗਾ ਆਜੂਗਾ ਤਾਂ ਕੁਛ ਨਹੀਂ ਸਿਆਉਣਾ ਤਾਂ ਆਪਾਂ ਨੂੰ ਉਨਾ ਹੀ ਪਾਉਣਾ ਪਊਗਾ ਜਿੰਨਾ ਇਹਦਾ ਉਨਾ ਹੀ ਉਹਨੂੰ ਪਾਉਣਾ ਪਊ ਸਿਆਉਣਾ ਤਾਂ ਚੱਲ ਭਮਾ ਦੀ ਤਾਂ ਉਨਾ ਹੀ ਪਾਉਣਾ ਪਊ ਉਹ ਤਾਂ ਚੱਲ ਭਾਈ ਫਿਰ ਹਨਾ ਟਾਈਮ ਦੀਆਂ ਗੱਲਾਂ ਨੇ ਕਹੇ ਜਾ ਉਦੋਂ ਟਾਈਮ ਸੀ ਉਹਨੂੰ ਪਾਤੀਆਂ ਆਪਾਂ ਜੇ ਫਿਰ ਕਹੇ ਜਾ ਹੁਣ ਕੋਈ ਹੁਣ ਰਵੀਰ ਹੈ ਰਿਵਾਜ ਹੈ ਹੁਣ ਆਪਾਂ ਇਹਨੂੰ ਪਾ ਦੇਵਾਂਗੇ ਫਿਰ ਟਾਈਮ ਦੀਆਂ ਗੱਲਾਂ ਤਾਂ ਕੀ ਹੈ ਭੈਣੇ ਉਦੋਂ ਟਾਈਮ ਸਸਤਾ ਸੀ ਸਿਆਉਣਾ ਉਹ ਤਾਂ ਭਾਵੇਂ ਆਪਾਂ ਕਿੰਨੇ ਹੀ ਪਾ ਦਿੰਦੇ ਦੇਖ ਆਪਣੇ ਫਸਲ ਸੁੱਕਣਾ ਬਥੇਰੀ ਹੁੰਦੀ ਸੀ ਹੁਣ ਸਿਆਉਣੇ ਦਾ ਵੀ ਰੇਟ ਦੇਖ ਲੈ ਕਿੱਥੇ ਵਗ ਗਿਆ ਰੇਟ ਤਾਂ ਵਗ ਗਿਆ ਭਾਵੇਂ ਹੁਣ ਫਿਰ ਉਹੀ ਗੱਲ ਮੰਗੂ ਫਿਰ ਉਹਨਾਂ ਤਾਂ ਸੈਕੜ ਪਾਵਾਂਗੀ ਫਿਰ ਨਾ ਆਪਾਂ ਉਹ ਕਰੀਏ ਹਾਂ ਉਦੋਂ ਤਾਂ ਸਿਆਉਣਾ ਹੀ ਸਾਰਾ ਸੀਗਾ 14-15 ਹਜ਼ਾਰ ਨੂੰ ਤੇ ਹੁਣ ਵਗ ਗਿਆ ਕਹਿੰਦੇ 65-66 ਹਜ਼ਾਰ ਤੇ ਸਿਆਉਣਾ ਦੇਖ ਅੱਜ ਤਾਂ 66 ਹਜ਼ਾਰ ਦਾ ਸਿਆਉਣੇ ਦਾ ਭਾਅ ਹੈ ਸਿਆਉਣਾ ਹੀ ਬਾਲਾ ਮਹਿੰਗਾ ਸਿਆਉਣੇ ਕੰਮ ਚੱਕ ਕੇ ਲੈ ਕੇ ਜਾਂਦਾ ਹੈ ਵਿਆਹ ਦੂਜਾ ਸਮਾਨ ਨਹੀਂ ਜਾਂਦਾ ਨਾ ਨਾ ਦੂਜਾ ਨਹੀਂ ਲਿਜਾਂਦਾ ਚੱਲ ਕੋਈ ਨਾ ਇਹਨੇ ਕੰਮ ਤਾਂ ਨਾ ਕਰ ਲੈ ਭੈਣੇ ਜਿੰਨਾ ਕੁ ਹੁੰਦਾ ਗਾ ਤੇ ਉਹਨਾਂ ਨਾਲ ਕਰ ਲਈ ਗੱਲ ਤੇ ਵਿਆਹ ਆਪਾਂ ਦੇਖ 4 ਤਰੀਕ ਦਾ ਰੱਖ ਲਾਂਗੇ ਤੇ ਵਿਆਹ ਕਹਿੰਦੇ ਚਾਹੇ ਉਹ ਭੇਜ ਦੇਣ ਚਾਹੇ ਆਪਾਂ ਭੇਜ ਦੇ ਕੋਈ ਗੱਲ ਨਹੀਂ ਜਮਾ ਸੋਚਣਾ ਕਰ ਆਪਾਂ ਕਰ ਲਾਂਗੇ ਵਿਆਹ ਨਾ ਚੱਲ ਕੋਈ ਨਾ ਬਸ ਫਿਰ ਆਪਾਂ 4 ਤਰੀਕ ਦਾ ਹੀ ਰੱਖਾਂਗੇ ਹਾਂ ਬਸ ਫਿਰ ਹੁਣ ਤਾਂ ਆਪਾਂ ਆਪਦੀ ਤਿਆਰੀ ਵਿਆਰੀ ਕਰੀ ਹਾਂ ਹਾਂ ਕੋਈ ਨਾ ਤਿਆਰੀ ਵਿਆਰੀ ਕਰਾਂਗੇ ਕਹਿੰਦੇ ਕਿਹੜਾ ਵਿਆਹ ਦਾ ਉਹਨਾਂ ਨੂੰ ਪਤਾ ਲੈ ਵੀ 4 ਤਰੀਕ ਦਾ ਕਿਵੇਂ ਕਹਿੰਦੇ ਉਦੋਂ ਬਾਅਦ ਚ ਆਪਾਂ ਫਿਰ ਲੀੜਾ ਲੱਤਾ ਲਿਆਵਾਂਗੇ ਤੇ ਨਾਲ ਸਿਆਣਾ ਕਰਾ ਲਾਂਗੇ ਚੰਗਾ ਹਾਂ ਲੈ ਦੇਖ ਲਾ
ਭੈਣ ਨੂੰ ਤਾਂ ਸੋਚ ਹੋ ਗਈ ਵਿਆਹ ਦੀ, ਇਧਰੋਂ ਬਾਹਰੋਂ ਸੁਣਿਆ ਹੀ ਹੋਊ ਵੀ ਫਲਾਨੇ ਨੇ ਵਿਆਹ ਕਢਾ ਲਿਆ, ਧੋਕੇ ਨੇ ਕਢਾ ਲਿਆ। ਇਹਨੇ ਆਖਿਆ ਮੇਰੇ ਪੁੱਤ ਦਾ ਵਿਆਹ ਹੈਗਾ, ਕਹਿੰਦੇ ਮੈਂ ਵੀ ਕਢਾ ਲਾ ਚਾਹੀਦੇ ਨੇ। ਮੈਨੂੰ ਤਾਂ ਇਹ ਸੀ ਚਾਰ, ਕਹਿੰਦੇ ਹਜੇ ਬੋਲਦੀ ਨੀ, ਐਤਕੀ ਨਾ ਕਰਾਂਗੇ, ਹਜੇ ਮਹੀਨਾ 20 ਦਿਨ ਲੇਟ ਹੋ ਜਾਂਗੇ। ਕਹਾਂ ਮੂਹਰੇ ਤੀਜੇ ਮਹੀਨੇ ਚ ਕਰ ਲਾਂਗੇ, ਇਹ ਤਾਂ ਹੁਣੀ ਬੋਲ ਪੀ ਲੈ ਭੈਣ ਤਾਂ ਵੀ ਮੇਰਾ ਪੁੱਤ ਦਾ ਵਿਆਹ ਕਢਾਓ। ਮੈਨੂੰ ਤਾਂ ਲੱਗਦਾ ਮੁੰਡੇ ਨੂੰ ਉਹਨਾਂ ਨੇ ਕਹਿਤਾ ਹੋ, ਕੁੜੀ ਵਾਲਿਆਂ ਨੇ ਵੀ ਕਹਿੰਦੇ ਅਸੀਂ ਛੇਤੀ ਵਿਆਹ ਕਰਾਂਗੇ। ਇਹਨੂੰ ਦੇਖ ਕੇ ਇਹੋ ਗਿਆ, ਮੇਰਾ ਪੁੱਤ ਫਿਰਦਾ ਕਹਿੰਦੇ ਲੋਕਾਂ ਦੇ ਨਾਲ ਮੈਂ ਵੀ ਵਿਆਹ ਹੀ ਲਵਾਂ, ਤੇ ਦੇਖ ਲਾ। ਮੈਂ ਕਹਿੰਦੀ ਮੇਰੇ ਭੈਣ ਕਹਿੰਦੇ ਨਰਮਾ ਤੇ ਭੋਲੀ ਹੈ, ਕਹਿੰਦੀ ਜਿੰਨਾ ਤੇਰੀ ਨੂੰ ਉਹਨੂੰ ਪਾਇਆ ਉਦੋਂ ਤੋਲਾ ਵੱਧ ਪਾ ਦਾਂਗੇ। ਵੀ ਵੱਧ ਕਿਵੇਂ ਪਾ ਦੇਂਗੇ, ਇਕੱਠ ਦਾ ਕੰਮ ਆਪਣਾ ਸੋੜਗੇ, ਜਿੰਨਾ ਉਹਨੂੰ ਪਾਇਆ ਉਹਨੇ ਇਹਨੂੰ ਪਾਵਾਂਗੇ। ਉਹਦੇ ਤਾਂ ਸਿਆਉਣੇ ਦਾ ਭਾਅ ਸਸਤਾ ਸੀ, ਹੁਣ ਮਹਿੰਗਾ ਹੋਇਆ ਪਿਆ ਹੈਗਾ, ਤੇ ਲੀੜਾ ਲੱਤਾ ਸੁੱਖ ਨਾਲ ਕਹਿੰਦੇ ਉਦੋਂ ਤਾਂ ਮੇਰੀ ਨੂੰਹ ਵੇਟ ਘੱਟ ਆ ਗਿਆ ਸੀ, ਹੁਣ ਤਾਂ ਤੇਰੀ ਨੂੰਹ ਦਾ ਲੀੜਾ ਵੀ ਮਹਿੰਗਾ ਹੋਊ। ਲੈ ਮੱਝਾਂ ਨੂੰ ਲੀੜੇ ਨਹੀਂ ਪਾਇਆ, ਪਤਾ ਨੀ ਕੀ ਕਰੀ ਜਾਂਦੀ। ਉਹ ਤੂੰ ਹੁਣ ਆਉਣੀ ਆ ਮੱਝਾਂ ਵਾਲੀ, ਕੀ ਗੱਲ, ਮੱਝਾਂ ਨੂੰ ਲੀੜਾ ਪਾਈ ਨੀ ਹਜੇ। ਮੱਝਾਂ ਨੂੰ ਲੀੜੇ ਦੀ ਕਿਹੜੀ ਤਿਆਰੀ ਆ ਹੁਣ, ਹੁਣ ਤਾਂ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ, ਹੁਣ ਤਾਂ ਵਿਆਹ ਦੀ ਨੇ ਸਾਰਿਆਂ ਨੂੰ। ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨਾ, ਆਹੋ ਉਹ ਹਜੀ ਕਾਹਦੀਆਂ ਵਿਆਹ ਦੀਆਂ ਤਿਆਰੀਆਂ ਚੱਲ ਪਈਆਂ। ਲੈ ਵਿਆਹ ਤਾਂ ਬੇਬੇ ਕੱਢੀ ਬੈਠੀ ਹੈ ਡੈਰੀ ਤੇ। ਬੇਬੇ ਕੱਢੀ ਬੈਠੀ ਹੈ, ਹਾਂ ਕਮਾਲ ਦੀ ਗੱਲ ਹੈ। ਉਹ ਬੇਬੀ ਨੂੰ ਕੀ ਲੋੜ ਪਈ ਵਿਆਹ ਕੱਢਣ ਦੀ ਹਜੇ? ਫਿਰ ਤਾਈ ਨੇ ਕਹੀ ਹੋਊ ਉਹਨੂੰ, ਗੱਲਬਾਤ ਹੋਈ ਹੋਊ ਦਰਾਣੀ ਜਠਾਣੀ ਦੀ, ਸਾਰਾ ਦਿਨ ਤਾਂ ਉਹਨਾਂ ਦਾ ਇੱਕ ਹੈ ਉਹੀ ਗੱਲ, ਇਕੱਠੀਆਂ ਦੋਨੇ ਰਹਿੰਦੀਆਂ ਹੈਗੀਆਂ, ਦੋਨਾਂ ਦੀ ਚੱਲਦੀ ਹੈ, ਦੋਨਾਂ ਦੇ ਹੱਥ 'ਚ ਕਬੀਲਦਾਰੀ ਹੈਗੀ, ਆਪਾਂ ਨੂੰ ਤਾਂ ਕੋਈ ਪੁੱਛਦਾ ਨਹੀਂ, ਆਪਾਂ ਤਾਂ ਕੰਮ ਵਾਲੇ ਆ। ਉਹ ਨਾਲੇ ਕਹੇ ਸੀ ਕਿ ਵਿਆਹ ਆਪਾਂ ਨੂੰ ਕਢਾ ਕੇ ਦੇਣਗੇ ਆਪੇ, ਆਪਾਂ ਨੂੰ ਕੀ ਲੋੜ ਟੈਨਸ਼ਨ ਲੈਣ ਦੀ ਵਿਆਹ ਦੀ, ਕੱਢਣ ਦੀ। ਇਹ ਕਹਿੰਦੀਆਂ ਸੀ ਆਪੇ ਦੇਵਾਂਗੀਆਂ, ਵਿਆਹ ਇਧਰੋਂ ਕਰ ਜਾਂਗੀਆਂ, ਐ ਨਹੀਂ ਪਤਾ ਇਧਰੋਂ ਕਹਿ ਦੇਣ, ਨਹੀਂ ਕੁੜੀ ਵਾਲੇ ਨਾ ਹੱਕ ਹੁੰਦਾ, ਕੁੜੀ ਵਾਲੇ ਦੇ ਕੇ ਜਾਂਦੇ ਹੁੰਦੇ, ਕਦੇ ਆਏ ਤਾਂ ਕਦੇ ਸੁਣਿਆ ਨਹੀਂ। ਉਹ ਤੂੰ ਕੀ ਨਹੀਂ ਸੁਣਿਆ, ਮੈਂ ਕਿਹੜਾ ਕਦੇ ਸੁਣਿਆ ਇਹ ਗੱਲਾਂ। ਦੋਨੇ ਭੈਣਾਂ ਪਤਾ ਨਹੀਂ ਕੀ ਗਿੱਟ ਮਿੱਟ ਕਰੀ ਜਾਂਦੀਆਂ ਨੇ, ਉਹ ਨਾ ਮੈਨੂੰ ਕੋਈ ਗੱਲ ਦੱਸਦੀਆਂ ਨੇ ਇਹ। ਤੈਨੂੰ ਦੱਸਣ ਨਾ ਦੱਸਣ, ਕੇਰਾਂ ਤਾਂ ਮੈਂ ਬੇਬੇ ਦੇ ਕੰਨਾਂ ਥਾਈ ਕੱਢਿਆ ਹੀ ਗੱਲ, ਵੀ ਦੇਖ ਬੇਬੇ ਜਿੰਨਾ ਪੈਸੇ ਨਾ ਮੈਨੂੰ ਪਾਇਆ, 5 ਤੋਲੇ ਮੈਨੂੰ ਪਾਇਆ, ਤੇ 5 ਹੀ 2 ਦੀ ਨੂੰਹ ਨੂੰ ਕਰਵਾ ਲਿਓ। ਮੈਂ ਤੈਨੂੰ ਦੱਸਾਂ, ਫਿਰ ਤੂੰ ਕਹਿ ਦੇਂਗੀ ਵੀ ਭਾਈ ਉਹਦੋਂ ਤੂੰ ਪਹਿਲਾਂ ਦੱਸ ਦਾਂਦੀ, ਉਦੋਂ ਅਸੀਂ ਨਾ ਵੱਧ ਕਰਵਾਉਂਦੇ, ਸਾਨੂੰ ਕਿਹੜਾ ਪਤਾ ਸੀ ਵੀ ਤੂੰ ਕੁਛ ਕਹੇਗੀ। ਮੈਂ ਤਾਂ ਦੇਖ ਮੋਟੀ ਜੀ ਗੱਲ ਸੁਣੀ ਐ, ਮੈਨੂੰ ਤਾਂ ਚਾਚੀ ਦੱਸਦੀ ਸੀ ਬਾਹਰਲੇ ਘਰ ਵਾਲੀ ਆਪਣੀ, ਕਹਿੰਦੀ ਨਾ ਤੇਰੀ ਤਾਈ ਨਾ ਰਾਣੀ ਹਰਪਾਉਣ ਨੂੰ ਫਿਰਦੀ ਆਪਦੀ ਨੂੰਹ ਨੂੰ, ਤੂੰ ਪਹਿਲੀ ਗੌਰ ਕਰ ਲਈ ਆਪਦੀ, ਮੈਨੂੰ ਤਾਂ ਤਾਂ ਪਤਾ ਲੱਗ ਗਿਆ। ਅਜੇ ਵਿਆਹ ਕਢਾਇਆ ਨਹੀਂ ਗਿਆ, ਤੂੰ ਪਹਿਲੀ ਇਹੋ ਕਰੀ ਜਾਂਦੀ ਐ, ਰਾਣੀ ਹਾਰਾਂ ਦੀਆਂ ਗੱਲਾਂ ਕਰੀ ਜਾਂਦੀ ਐ। ਮੈਂ ਨਹੀਂ ਰਾਣੀ ਹਾਰਾਂ ਦੀਆਂ ਗੱਲਾਂ ਕਰਦੀ, ਰਾਣੀ ਹਾਰਾਂ ਨੂੰ ਤਾਂ ਤਾਈ ਕਰਦੀ ਐ ਜਾ ਕੇ ਬਾਹਰ, ਵੀ ਮੇਰਾ ਤਾਈ ਜੀ ਕੱਢਾ ਦੀ ਨੂੰਹ ਨੂੰ ਰਾਣੀ ਹਾਰ ਪਾ ਦਿਆਂ। ਉਹ ਮੈਨੂੰ ਸਮਝ ਨਹੀਂ ਆਉਂਦੀ ਗੱਲਾਂ ਦੀ, ਹਜੇ ਵਿਆਹ ਕਢਾਇਆ ਨਹੀਂ ਗਾ, ਤੂੰ ਨਾਲੇ ਮੇਰੀ ਗੱਲ ਸੁਣ ਲੈ, ਸੋਨਾ ਤਾਂ ਉਨੇ ਹੀ ਪਾਵਾਂਗੇ ਆਪਾਂ ਜਿੰਨਾ ਤੈਨੂੰ ਪਾਇਆ ਹੋਊ। ਬੇਬੇ ਦਾ ਹੁਣ ਬੈਠੀ ਐ ਵਿਚਾਲੇ, ਬੇਬੇ ਨੂੰ ਸਾਰੀਆਂ ਗੱਲਾਂ ਦਾ ਪਤਾ ਹੀ ਐ, ਪਤਾ ਤਾਂ ਸਭ ਦਾ, ਤਾਈ ਨੂੰ ਵੀ ਐ, ਤਾਈ ਨੇ ਭੁੱਲੀ ਗੱਲਾਂ। ਤਾਈ ਕੀ ਹੁਣ ਭੁੱਲੀ ਐ, ਮੇਰੇ ਵੇਲੇ ਤਾਈ ਨੂੰ ਨਹੀਂ ਪਤਾ, ਹੁਣ ਮੇਰੇ ਵੇਲੇ ਤਾਈ ਦੇਖੋ ਕਈ ਸਾਲ ਹੋ ਗਏ ਵਿਆਹ ਨੂੰ, ਕੋਈ ਏਡੀਆਂ ਮਹਿੰਗੀਆਂ ਬਰਗਾਂ ਨਹੀਂ ਸੀ ਲਗਵਾਈਆਂ, ਹੁਣ ਪਤਾ ਨਹੀਂ ਕਿੰਨੀਆਂ ਕੁ ਮਹਿੰਗੀਆਂ ਲਿਆਉਣਗੀਆਂ। ਉਹ ਤੂੰ ਮੇਰੀ ਗੱਲ ਸੁਣ ਲੈ, ਤਾਈ ਖੂ ਖਮਲੀ ਦੰਦਾ ਮਾਰਦੇ ਨੇ, ਤੂੰ ਪਹਿਲੀ ਇਹ ਕਾਹਨੂੰ ਗੱਲਾਂ ਕਰੀ ਜਾਣੀ ਐ। ਤਾਈ ਕਿਹੜਾ ਕੋਲੇ ਸੀ, ਮੈਂ ਤਾਂ ਬੇਬੇ ਨੂੰ ਕਹਿ ਕੇ ਆਈਆਂ ਵੀ ਬੇਬੇ ਭਾਈ ਦੇਖ ਸਿਓਨਾ ਮੇਰੇ ਬਰਾਬਰ ਦਾ ਰੱਖੀ, ਮੇਰੇ ਵਾਲਾ ਸੈੱਟ ਲੈ ਜਾਓ ਨਾਲ, ਸਾਵੇਂ ਡਿਜ਼ਾਈਨ ਦਾ ਸੈੱਟ ਕਰਵਾ ਲਿਓ ਉਹਦਾ, ਫਿਰ ਸੈੱਟਾਂ 'ਚ ਫਰਕ ਪੈ ਜਾਊਗਾ, ਮੈਨੂੰ ਫਿਰ ਵਹਿਮ ਹੋ ਜਾਊਗਾ ਵੀ ਉਹਦਾ ਭਾਰਾ ਸੈੱਟ। ਤੂੰ ਤਾਂ ਐਵੇਂ ਸੰਸਾ ਕਰੀ ਜਾਂਦੀ ਐ, ਬੇਬੇ ਸਿਆਣੀ ਬਣੀ ਵਿਚਾਲੇ ਬੈਠੀ ਐ, ਬੇਬੇ ਕੋਈ ਬਾਤ ਘਾਟ ਨਹੀਂ ਕਰਦੀ, ਜਿਵੇਂ ਤੇਰਾ ਸਿਓਨਾ ਸੀ ਉਹ ਮਜਕਰੀ ਉਹਦਾ ਕਰਾਊ। ਉਹ ਮੈਨੂੰ ਪਤੀ ਆ ਬਾਤ ਘਾਟ ਵਾਲੀਆਂ ਦਾ, ਦੋਨੇ ਇੱਕੋ ਜਿਹੀਆਂ ਆ, ਬੇਬੇ ਕੋਈ ਐ ਨਹੀਂ ਕਰਦੀ ਵੀ ਮੇਰੀ ਨੂੰਹ ਕੋਲੇ ਵੱਧ ਹੋਵੇ, ਬੇਬੇ ਤਾਂ ਐ ਆਖੂਗੀ ਉਹ ਤਾਂ ਛੋਟੀ ਐ ਉਹਨੂੰ ਵੱਧ ਦਾ ਹੱਕ ਐ, ਇਹਨਾਂ ਕੀ ਵੱਡੀ ਦਾ ਵੱਡੀ ਨੂੰ ਤਾਂ ਬਥੇਰੇ ਚਿਰ ਹੋ ਗਏ, ਐਂ ਨਹੀਂ ਦੇਖਦੀ, ਇੰਨੇ ਸਾਲ ਹੋ ਗਏ ਮੈਨੂੰ ਕੰਮ ਕਰਦੀ ਨੂੰ, ਜੇ ਮੈਨੂੰ ਮਾੜਾ ਮੋਟਾ ਨਾਲ ਕਰਾ ਕੇ ਦੇਣ, ਆ ਕੰਨਾਂ ਵਾਲੀ ਕਰਾ ਦੇਣ, ਲੈ ਛੋਟੇ ਛੋਟੇ ਤੈਨੂੰ ਕੰਨਾਂ ਨੂੰ ਮੁਰਕੀਆਂ ਕਰਾ ਦਾਂਗੇ। ਉਹ ਕੋਈ ਨਹੀਂ, ਮੈਂ ਨਾ ਬੇਬੇ ਨੂੰ ਆਪੇ ਪੁੱਛੂਗਾ। ਦੇਖ ਬੇਬੇ ਇਹ ਕਹਿੰਦੀ ਸੀ ਵੀ ਰੱਤੀਆਂ 2 ਰੱਤੀਆਂ ਵੱਧ ਸਕਦਾ, ਜੇ ਕਿਤੇ ਤੋਲਾ 1/2 ਤੋਲਾ ਉੱਤੇ ਕਰਾਤਾ ਨਾ, ਮੈਂ ਤਾਂ ਆਪਦੇ ਨਾਲ ਹੋਰ ਕਰਵਾਉਂਗੀ, ਕੰਨਾਂ ਵਾਲੇ ਕਰਵਾਉਂਗੀ ਫਿਰ ਮੈਂ ਤਾਂ। ਅੱਛਾ ਅੱਛਾ, ਉਹ ਤੈਨੂੰ ਤਾਂ ਫਿਰ ਆਪਦੇ ਕਰਾਉਣ ਦੀ ਐ, ਉਹ ਰੱਤੀਆਂ 2 ਰੱਤੀਆਂ ਵੀ ਜੇ ਵੱਧ ਗਈਆਂ ਨਾ, ਉਹ ਵੀ ਤੂੰ ਲੈ ਲਈ। ਰੱਤੀਆਂ 2 ਰੱਤੀਆਂ ਨਹੀਂ ਮੈਂ ਲੈਂਦੀ, ਮੈਂ ਤੈਨੂੰ ਦੱਸਾਂ ਜੇ ਤੋਲਾ 1/2 ਤੋਲਾ ਵੱਧ ਕਰਿਆ ਨਾ ਉਹਨਾਂ ਨੇ,
ਮੈਂ ਤਾਂ ਸੁਨਿਆਰ ਦੇ ਪਤਾ ਲੈ ਕੇ ਆਉਂ ਜਾ ਕੇ ਵੀ ਸਾਡਾ ਸੀ ਉਹਨਾਂ ਘਰੇ ਤੂੰ ਕਿਉਂ ਉਹਨਾਂ ਦੇ ਤੁਰੀ ਫਿਰਦੇ ਸੁਨਿਆਰਾਂ ਦੇ ਉਦੋਂ ਸਿੱਧਾ ਬੇਬੇ ਨੂੰ ਕਹਿੰਦੇ ਵੀ ਮੈਨੂੰ ਤਾਂ ਇੰਨਾ ਕੁਛ ਕਰਾਉਣਾ ਚਾਹੀਦਾ ਕੋਈ ਕੰਨਾਂ ਨੂੰ ਚਾਹੀਦਾ ਨੱਕ ਨੂੰ ਚਾਹੀਦਾ ਤੂੰ ਉਹੀ ਕਹਿੰਦੇ ਉਹ ਮੈਨੂੰ ਕਿੱਥੇ ਕਰਾ ਕੇ ਦਿੰਦੀਆਂ ਹੁਣ ਉਹ ਕਹਿੰਦੀਆਂ ਵਿਆਹ ਮੈਂ ਲੋਟਣੀ ਉਹਨਾਂ ਹੁਣ ਤੂੰ ਚੱਲ ਪਾ ਵਿੱਚ ਮੈਨੂੰ ਤਾਂ ਮੀੜਿਆਂ ਨੂੰ ਮਸਾਹਾਂ ਕਰਨੀ ਆ ਮੈਨੂੰ ਤਾਂ ਬੇਬੇ ਐ ਕਹਿੰਦੀ ਸੀ ਕਹਿੰਦੀ ਇੰਨੇ ਤੇਰੇ ਕੋਲੇ ਸੂਟ ਭਾਰੇ ਭਾਰੇ ਪਏ ਆ ਤੂੰ ਤਾਂ ਇੱਕ ਸੂਟ ਹੀ ਲੈ ਲਈ ਉਹ ਕੋਈ ਨਹੀਂ ਹਾਂ ਹਜੇ ਤਾਂ ਪਤਾ ਨਹੀਂ ਵਿਆਹ ਲੈਣੇ ਨਹੀਂ ਲਾਉਣੇ ਨਹੀਂ ਗੱਲ ਕਿਤੇ ਪਤਾ ਨਹੀਂ ਕਢਾ ਕੇ ਦੇ ਤੂੰ ਕਹਿੰਦੀ ਇਹ ਡੇਰੀ ਚੱਕੀ ਬੈਠੀਆਂ ਸੀਗੀਆਂ ਉਹ ਮੱਝਾਂ ਨੂੰ ਤਾਂ ਸ਼ਾਮਲ ਹੋ ਵਿਆਹ ਤੋਂ ਪਹਿਲੀ ਇਹਨਾਂ ਨੂੰ ਕਿਉਂ ਭੁੱਖੇ ਮਰੀ ਜਾਂਦੇ ਤੁਸੀਂ ਮੱਝਾਂ ਨੂੰ ਨਾ ਮੈਂ ਕਿਹੜਾ ਕਹਿੰਦੀ ਮੈਂ ਸਮਝਦੀ ਨਹੀਂ ਮੈਂ ਤਾਂ ਮੱਝਾਂ ਹੀ ਸਾਹਮਣੇ ਆਈ ਆ ਮੈਨੂੰ ਤਾਂ ਮੱਝਾਂ ਸਾਹਮਣੇ ਹੀ ਰੱਖ ਲਓ ਉਹ ਮੱਝਾਂ ਸਾਹਮਣੇ ਵਾਲੀ ਨੂੰ ਅਗਲਾ ਸੂਟ ਲਿਆ ਕੇ ਦੇਣਾ ਕੋਈ ਨਹੀਂ ਕੋਈ ਨਹੀਂ ਮੈਨੂੰ ਉਹ ਵੀ ਨਹੀਂ ਲਿਆ ਕੇ ਦੇਣਾ ਤੂੰ ਤਾਂ ਪਹਿਲੀ ਕਿਉਂ ਕਰੀ ਜਾਂਦੀ ਐ ਤਾਈ ਕੀ ਕਹੂ ਵੀ ਵਿਆਹ ਤੋਂ ਪਹਿਲੀ ਇਹ ਪਲੇਸ ਕਰਨ ਲੱਗ ਗਏ ਕੋਈ ਨਹੀਂ ਮੈਂ ਬੇਬੇ ਨੂੰ ਜਾ ਕੇ ਪੁੱਛਦਾ ਤਾਈ ਕੀ ਕਹੂਗੀ ਤਾਈ ਨੂੰ ਚੱਕ ਲਓ ਸਿਰ ਤੇ ਮਾਂ ਪੁੱਤ ਮਾਂ ਵੀ ਕਹਿ ਦੋ ਤੇਰੀ ਤਾਈ ਕੀ ਕਹੂਗੀ ਪੁੱਤ ਵੀ ਕਹਿ ਦੋ ਤੇਰੀ ਤਾਈ ਕੀ ਕਹੂਗੀ ਉਹ ਤਾਈ ਨੂੰ ਮੈਂ ਦੱਸ ਕੀ ਕਰਾਂ ਤਾਈ ਨੇ ਕੀ ਕਹਿਣਾ ਤਾਈ ਤਾਂ ਉਹਦੀ ਨੂੰਹ ਖਾਤਰ ਮਾਰੂਗੀ ਪੈਰ ਤਾਈ ਤਾਂ ਆਖੂਗੀ ਮੇਰੀ ਨੂੰਹ ਦੀ ਵੱਧ ਤੋਂ ਵੱਧ ਚੀਜ਼ ਬਣੇ ਇਹਦੇ ਤਾਂ ਜਿਹੜਾ ਰਵਾਜ ਟੱਪ ਗਿਆ ਉਹ ਤਾਂ ਪੁਰਾਣਾ ਹੋ ਗਿਆ ਇਹਦੇ ਵੇਲੇ ਤਾਂ ਕੋਈ ਕੁਝ ਜਾਣਦੀ ਨਹੀਂ ਸੀ ਕੋਈ ਦੇਖਦੇ ਜਾਇਓ ਤੁਸੀਂ ਸੈੱਟ ਜੇ ਜਮਾ ਨਾਲ ਦਾ ਨਾ ਕਰਵਾਇਆ ਨਾਲ ਦੇ ਕੇ ਇੱਕ ਰੱਤੀ ਕੀ ਫਰਕ ਪੈਣ ਦੇਣੀ ਆਗੀ ਮੈਨੂੰ ਕਹਿੰਦਾ ਸੁਨਿਆਰਾਂ ਦੀ ਦੁਕਾਨ ਤੇ ਫੋਨ ਲਾਉਣਾ ਪੈ ਜੇ ਉਹਨਾਂ ਨੂੰ ਨੀਰੇ ਪਾਈ ਜਾ ਕੰਮ ਕਰੀ ਜਾ ਇਹਨਾਂ ਦੇ ਵੀ ਚੀਜ਼ ਨਾ ਮੰਗ ਕੋਈ ਇਹਨਾਂ ਤੋਂ ਪੜਿਆ ਨੀ ਚੱਲ ਹੋ ਲੈ ਬੇਬੇ ਡੈਰੀ ਚੱਕੀ ਬੈਠੀ ਐ ਬੇਬੇ ਹਾਂ ਭਾਈ ਆ ਡੈਰੀ ਕਾਸ ਤੋਂ ਚੱਕੀ ਬੈਠੀ ਐ ਡੈਰੀ ਤਾਂ ਭਾਈ ਕਹਿੰਦੇ ਚੱਕ ਲਈ ਮੈਂ ਤੇ ਤਾਈ ਦੇ ਮੁੰਡੇ ਦਾ ਵਿਆਹ ਕੱਢ ਲਿਆ ਆਪਾਂ 4 ਤਰੀਕ ਦਾ ਦਿਨ ਧਰ ਲਿਆ ਸੱਤੀ ਦਾ ਵਿਆਹ ਤੁਸੀਂ ਆਪ ਹੀ ਕੱਢ ਲਿਆ ਹੋਰ ਆਪ ਹੀ ਕੱਢ ਲਿਆ ਭਾਈ ਉਹ ਬੇਬੇ ਉਹ ਨਾਲੇ ਐਂ ਕਹਿੰਦੇ ਸੀਗੇ ਅਕੇ ਵਿਆਹ ਉਹ ਆਪੇ ਕਢਾ ਕੇ ਦੇਣਗੇ ਤੇ ਨਾਲੇ ਮੇਰੀ ਗੱਲ ਸੁਣ ਲੈ ਉਹ ਕੋਈ ਸਾਹਾ ਹੁੰਦਾ ਕਾਰਜ ਦਾ ਕੰਮ ਐ ਉਹ ਕਿਸੇ ਪੰਡਿਤ ਤੋਂ ਕਿਸੇ ਸਾਧੂ ਸੰਤ ਤੋਂ ਕਹਿੰਦੇ ਹੁੰਦੇ ਨੇ ਕਢਾਉਣਾ ਚਾਹੀਦਾ ਦਿਨ ਤੇ ਤੂੰ ਆਪ ਹੀ ਦਿਨ ਧਰ ਲਿਆ ਤਾਂ ਆਪ ਤਾਂ ਲੁਗੀ ਆ ਭਾਈ ਤੇਰਾ ਵਿਆਹ ਕਿਹੜਾ ਕੱਢਿਆ ਹੋਇਆ ਸੀਗਾ ਉਦੋਂ ਵੀ ਮੈਂ ਤਾਂ ਡੇਰੀ ਤੇ ਦੇਖ ਕੇ ਕੱਢਿਆ ਸੀ ਹੁਣ ਕਹਿੰਦੇ ਕੱਢ ਲੈ ਵੀ ਜ਼ਰੂਰੀ 500 ਦੇਣਾ ਕਹਿੰਦੇ ਪੰਡਤਾਂ ਤੇ ਸਾਧੂਆਂ ਨੂੰ 500 ਦੇ ਦਿਓ ਜੇ ਤੂੰ ਮੇਰੀ ਗੱਲ ਸੁਣ ਲੈ ਜੇ ਕੋਈ ਨਿੰਦ ਵਿਚਾਰ ਤੂੰ ਨਹੀਂ ਕੀਤੀ ਉਹ ਤਾਂ ਹੀ ਤਾਂ ਮੇਰੇ ਨਾਲ ਕਲੇਸ਼ ਕਰਦੀ ਰਹਿੰਦੀ ਆ ਉਹ ਜੇ ਤੂੰ ਕੱਢਿਆ ਸੀ ਦਿਨ ਵੇ ਨਹੀਂ ਭਾਈ ਕਲੇਸ਼ ਕਰਦੀ ਅੱਜ ਕੱਲ ਕਾਲਜੂਗਾ ਕਲੇਸ਼ ਤਾਂ ਹੀ ਕਰ ਦੇਣਾ ਨੇ ਸਾਰੇ ਕਰ ਦੇਣਾ ਹੁਣ ਤੇਰੇ ਤਾਈ ਨੂੰ ਉਹ ਵੀ ਕਰਿਆ ਨਹੀਂ ਕਰੂ ਬਥੇਰਾ ਕਰੂ ਉਹ ਵੀ ਉਹ ਤੈਨੂੰ ਤਾਂ ਹੀ ਉਹ ਬੰਡਾ ਦੇ ਦਿਆਂ ਹੁਣ ਕਿਤੇ ਰਹਿ ਨਾ ਜਾਵੇ ਤੇ ਫਿਰ ਨਾਲ ਤਾਂ ਸ਼ਰੀਕ ਕਹਿੰਦੇ ਇੱਕੋ ਜਿਹਾ ਕਰਨਾ ਚਾਹੀਦਾ ਭਾਈ ਜੇ ਜੀ ਮੇਰੀ ਨੂੰ ਮੈਂ ਤਾਂ ਕਹਿੰਦੀ ਉਹ ਜੀ ਆਵੇ ਉਹਦੀ ਵੀ ਬੇੜੀ ਉਹ ਬੇਬੇ ਤੂੰ ਆਪਦੇ ਮੂੰਹ ਨਾਲ ਕਿਉਂ ਕਹਿਨੀ ਇਹ ਗੱਲਾਂ ਇਹ ਗੱਲਾਂ ਸੋਹਣੀਆਂ ਨਹੀਂ ਹੈਗੇ ਤੇਰੇ ਮੂੰਹੋਂ ਨਹੀਂ ਨਹੀਂ ਕੁਛ ਨਹੀਂ ਹੁੰਦਾ ਸੋਹਣੀਆਂ ਨੇ ਕਿ ਮੇਰੇ ਨੂੰ ਭੇੜੀ ਹੈ ਕਿ ਕਹਿੰਦੇ ਨਾ ਤੈਨੂੰ ਟੁੱਕ ਖਾਣ ਦਿੰਦੇ ਨਾ ਮੈਨੂੰ ਖਾਣ ਦਿੰਦੇ ਉਹਦੀ ਨੂੰ ਸ਼ਰੀਫ ਆ ਜੇ ਤੇ ਆਪਣੇ ਕੰਧਾਂ ਉਹਦੀ ਤਮਾਸ਼ਾ ਦੇਖਾ ਕਰਨਗੇ ਦੋਨੇ ਸੱਸ ਨੂੰ ਹਾਂ ਪਾਵਾਂ ਦੀ ਹਰਪ੍ਰੀਤ ਨੂੰ ਵੀ ਭੇੜੀ ਆ ਜੇ ਪਰ ਮੇਰੀ ਤਾਈ ਦਾ ਦੇਖ ਲੈ ਮਨ ਕੀ ਕਹੂਗਾ ਵੀ ਪਹਿਲੀ ਇਹ ਕਹੀ ਜਾਂਦੇ ਉਹ ਪਹਿਲਾਂ ਨਹੀਂ ਕਹਿਣਾ ਚਾਹੀਦਾ ਉਹ ਪਹਿਲਾਂ ਕਿਉਂ ਨਹੀਂ ਮੰਨਦਾ ਬੰਦਾ ਤੈਨੂੰ ਪਤਾ ਹੈ ਬੰਦਾ ਭਾਈ ਅੱਜ ਕੱਲ ਤਾਂ ਪਿਆਰੇ ਤੇ ਕਹਿੰਦੇ ਅੱਗੇ ਤਾਂ ਕਹਿੰਦੇ ਪਿਆਰੇ ਤੇ ਗਏ ਮੈਂ ਭੇੜੀ ਸੀ ਮੇਰੇ ਨੂੰ ਭੇੜੀ ਆ ਗਈ ਤੇਰੀ ਤਾਈ ਨਰਮ ਆ ਤੇਰੀ ਤਾਈ ਦੀ ਨੂੰ ਨਰਮ ਆਊਗੀ ਬੇਬੇ ਚਲ ਤੂੰ ਕੋਈ ਗੱਲ ਨਹੀਂ ਤਰੀਕ ਤਾਂ ਕੱਟਤੀ ਹੈ ਨਾ ਤੂੰ ਹਰਪ੍ਰੀਤ ਤਾਂ ਮੈਨੂੰ ਹੋਰ ਹੀ ਗੱਲਾਂ ਕਰਦੀ ਸੀ ਕੀ ਕਹਿੰਦੀ ਸੋਨੇ ਦੀਆਂ ਗੱਲਾਂ ਅਕੇ ਮੈਂ ਸੋਨਾ ਉਨੀ ਪਾਉਣ ਦੇਉਂਗੀ ਇਹ ਕੋਈ ਸੋਨੇ ਦੀ ਗੱਲ ਚੱਲੀ ਹੈ ਆਪਣੇ ਘਰੇ ਪਹਿਲਾਂ ਸੋਨੇ ਦੀ ਗੱਲ ਚੱਲੀ ਹੈ ਭਾਈ ਤੇਰੀ ਤਾਈ ਕਹਿੰਦੀ ਸੀ ਅਕੇ ਹਰਪ੍ਰੀਤ ਨੂੰ 5 ਤੋਲੇ ਪਾਇਆ ਮੈਂ ਪੁੱਛਿਆ ਮੈਨੂੰ ਪੁੱਛਿਆ ਸੀ ਮੈਂ ਕਹਿੰਦਾ 5 ਪਾਇਆ ਉਹ ਕਹਿੰਦੀ 5 ਨਹੀਂ ਤਾਂ 6 ਪੈ ਜਾਣਗੇ ਬੇਬੇ ਮੇਰੀ ਗੱਲ ਸੁਣ ਲੈ ਤੂੰ ਨਾ ਕੋਈ ਵੀ ਕੰਮ ਕਰੇਂਗੀ ਰਹਿ ਨਾਲ ਕਰੀ 5 ਪਾਇਓ ਭੋਂਦੀ 7 ਪਾਇਓ ਮੈਨੂੰ ਤਾਂ ਕੋਈ ਇਤਰਾਜ਼ ਨਹੀਂਗਾ ਪਰ ਹਰਪ੍ਰੀਤ ਇਹ ਕਹਿੰਦੀ ਸੀ ਵੀ ਜਿੰਨਾ ਸੋਨਾ ਮੈਨੂੰ ਪਾਇਆ ਉਨੀ ਮੈਂ ਸੱਤੀ ਦੀ ਬਹੂ ਨੂੰ ਪਾਉਣ ਦੀ ਵੱਧ ਨਹੀਂ ਪਾਉਣ ਦੀ ਨਾਲੇ ਮੇਰੀ ਗੱਲ ਸੁਣ ਲੈ ਤੂੰ ਤਾਂ ਸਿਆਣੀ ਐ ਉਹਦੇ ਤਾਂ ਇੱਕੋ ਹੀ ਗੱਲ ਐ ਉਹਨੇ ਤਾਂ ਛੋਟੀ ਮੋਟੀ ਕੋਈ ਟੂਮ ਕਰਾਉਣੀ ਐ ਵੀ ਜੇ ਕੋਈ ਰੱਤੀ ਦੋ ਰੱਤੀਆਂ ਵੀ ਵਧ ਜਾਣ ਤਾਂ ਮੈਂ ਆ ਵੀ ਟੂਮ ਕਰਾ ਲਾਂ ਹੁਣ ਐ ਤਾਂ ਭਾਈ ਪੂਰਾ ਸੂਰਤ ਕਹਿੰਦੇ ਤੋਲਿਆ ਨਹੀਂ ਜਾਂਦਾ ਹੁੰਦਾ ਜੇ ਹੁਣ ਉਹਦੇ 5 ਤੋਲੇ
ਪੰਜ ਦਾ ਨਾ ਤਾਂ ਕਹਿੰਦੇ ਪੰਜ ਬਣ ਤੇ ਨਾ ਉਹ ਸਾਢੇ ਚਾਰ ਬਣ, ਭੋਰਾ ਵੱਧ ਵੀ ਸਕਦਾ ਹੁੰਦਾ ਭੋਰਾ ਘੱਟ ਵੀ ਸਕਦਾ ਹੁੰਦਾ। ਬੇਬੇ ਉਹ ਗੱਲ ਨੀ ਮੈਂ ਕਹਿੰਦਾ ਵਧਣ ਘਟਣ ਦੀ, ਪਰ ਇਹਨੂੰ ਤਾਂ ਦੇਖ ਲੈ ਛੋਟੀ ਮੋਟੀ ਟੂਮਤ ਨੂੰ ਜਾਨ ਕਰਾਉਣੀ ਪਊਗੀ, ਨਹੀਂ ਤੇਰੀ ਜਾਨ ਨੀ ਛੱਡਣੀ ਇਹਨੇ। ਛੋਟੀ ਮੋਟੀ ਕਰਾਉਣੀ ਭਾਈ, ਇਹ ਵੱਡੀ ਹੋਣੀ ਚਾਹੀਦੀ ਆ। ਮੈਂ ਤਾਂ ਤੇਰੀ ਤਾਈ ਦੇ ਹੋਇਆ ਹੱਥ ਮੰਨ ਲਓ ਵੀ ਤੂੰ ਭਾਵੇਂ ਦੇ ਦੇ ਤੋਲਾ ਘੱਟ ਬਣਾ ਲਾ, ਚੱਲ ਇੱਕ ਅੱਧਾ ਸੂਟ ਵੱਧ ਲੈ ਲਈ। ਨਾ 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 ਮੇਰੀ ਗੱਲ ਸੁਣ ਲੈ ਬੇਬੇ, ਘਰ ਚ ਆਪਾਂ ਵਿਤਕਰਾ ਵੀ ਨੀ ਕਰਨਾ, ਘੱਟ ਵੀ ਨੀ ਕਰਨਾ, ਕਰਨਾ ਵੀ ਪੂਰਾ ਹੈਗਾ। ਪੂਰਾ ਤਾਂ ਨੀ ਭਾਈ, ਤੋਲੀ ਦਾ ਜਮਾ ਕਹਿੰਦੇ ਜੇ ਤੱਕੜੀ ਚ ਤੋਲਣ ਬਹਿ ਗਏ, ਉਹ ਵੱਧ ਵੀ ਸਕਦਾ ਹੁੰਦਾ ਘੱਟ ਵੀ ਸਕਦਾ ਹੁੰਦਾ। ਕਹਿੰਦੇ ਹੁਣ ਸੁਨਿਆਰ ਦੇ ਕਹਿੰਦੇ ਕਿਹੜਾ ਆਪਦੇ ਹੱਥ ਹੁੰਦਾ, ਉਹ ਤਾਂ ਭੋਰਾ ਵਧਾਊਗਾ ਵੀ ਘਟਾਊ ਘਟਾਉਂਦਾ ਤਾਂ ਹੀ ਨੀ ਵਧਾਊਗਾ। ਬੇਬੇ ਮੇਰੀ ਗੱਲ ਸੁਣ ਲੈ, ਅੱਜ ਤਾਂ ਆਪਾਂ ਇਕੱਠੇ ਆ ਤਾਈ ਨਾਲ, ਕੱਲ ਨੂੰ ਆਪਾਂ ਅੱਡ ਵੀ ਹੋਣਾ, ਉਹ ਮਗਰੋਂ ਅਗਲਾ ਮੇਰਾ ਦੇ ਦਿੰਦਾ ਵੀ ਆਪ ਜੀ ਨੂੰ ਤਾਂ ਪਹਿਲਾਂ ਵੱਧ ਸੋਨਾ ਪਾਦਾ, ਮੈਨੂੰ ਘੱਟ ਪਾਇਆਗਾ, ਦੇਖ ਲੈ ਤੂੰ ਹੁਣ ਇੱਕੋ ਜਿਹਾ ਰੱਖੀ। ਇੱਕੋ ਜਿਹਾ ਰੱਖੀ ਭਾਈ, ਜੇ ਹੁਣ ਕਹਿੰਦੇ ਤੂੰ ਵੀ ਸਿਆਣਾ, ਜੇ ਤੂੰ ਮਾੜਾ ਮੋਟਾ ਉਹਦੀ ਬਹੂ ਨੂੰ ਸਮਝਾਉਂਦੇ ਵੀ ਤਾਈ ਨੂੰ ਵੀ ਇੰਨੇ ਚਿਰ ਹੋਗਾ ਘੱਟ, ਉਹ ਨਿੰਨ ਨਾਲ ਆਪਣੇ ਤੇਰੀ ਗੱਲ ਨੂੰ 20 ਸਾਲ ਹੋ ਗਏ, ਤੇਰੇ ਤੇ ਸੁੱਖ ਨੇ ਜਵਾਕ ਵੀ ਪਿਆਉਣ ਵਾਲੇ, ਜੇ ਭੋਰਾ ਵੱਧ ਭਾਈ ਉਹ ਛੋਟੀ ਹੈ, ਕਿੱਡੀ ਕੁ ਗੱਲ ਹੈ। ਬੇਬੇ ਮੈਨੂੰ ਤਾਂ ਕਿਸੇ ਗੱਲ ਦਾ ਗਿਲੇ ਹੀ ਨਹੀਂ, ਜੇ ਤੂੰ 5 ਦੀ ਵਜੇ 10 ਪਾ ਦੇ ਤਾਂ ਕੀ ਹੈ, ਪਰ ਉਹ ਤਾਂ ਮਾੜੀ ਮਾੜੀ ਗੱਲ ਦਾ ਕਰਦੀ ਹੈ। ਤੂੰ ਮੇਰੀ ਤਾਈ ਨੂੰ ਸਮਝਾਈ, ਨਾਲੇ ਮੈਂ ਵੀ ਮੇਰੀ ਤਾਈ ਨੂੰ ਸਮਝਾਉਂਗਾ ਸਾਰੀ ਗੱਲਬਾਤ। ਚੱਲ ਕੋਈ ਨਾ ਭਾਈ, ਕਹਿ ਦੋ ਤੇਰੀ ਤਾਈ ਨੂੰ, ਫਿਰ ਹੋਰ ਕੀ ਹੈ। ਪਰ ਤੇ ਤਾਈ ਨੇ ਕਹਿੰਦੇ ਦੇਖ ਕੇ ਮੈਨੂੰ ਵੀ, ਚਲੋ ਨਰਮਾ ਆਪਣੇ ਮੂਹਰੇ ਕਰੇ ਬੋਲੀ ਨਹੀਂ ਕਿ ਮੈਨੂੰ ਤਾਂ ਐਸੀ ਜੇ ਭੋਰਾ ਵੱਧ ਭੇਜੂ ਤਾਂ ਨਹੀਂ, ਘੱਟ ਦਾ ਆਪਾਂ ਪਾਉਂਦੇ ਨਹੀਂ, ਉਹ ਤਾਂ ਮੈਂ ਗੱਲ ਕਹਿਣੀ ਆ। ਛੱਡ ਪਰੇ ਤਾਂ ਘਰ ਦੀਆਂ ਗੱਲਾਂ ਨੇ ਹੋਈ ਜਾਣੀ ਆ, ਉਹ ਮੈਂ ਤਾਂ ਖੇਤੋਂ ਆਇਆ ਸੀਗਾ, ਉਹ ਵਿਆਹ ਦੇਖ ਲੈ ਹੋਏ ਤੁਸੀਂ ਤਰੀਕ ਆਪ ਹੀ ਰੱਖੀ ਹੈ, ਤੇ ਮੱਝਾਂ ਨੂੰ ਕਿਸੇ ਨੇ ਵੀ ਨੀਰਾ ਨਹੀਂ ਪਾਇਆ, ਉਹ ਮੱਝਾਂ ਨੂੰ ਤਾਂ ਸਾਂਭ ਲਓ, ਜੇ ਆਪਣੇ ਵਿਆਹ ਮੱਝਾਂ ਭੁੱਖੀਆਂ ਤਾਂ ਨਹੀਂ ਮਾਰਨੀਆਂ। ਕੋਈ ਨਾ ਭਾਈ ਸਾਂਭ ਲਾਂਗੇ ਮੱਝਾਂ ਨੂੰ, ਕਿੱਡੀ ਕੁ ਗੱਲ ਅੱਜ ਮਾੜਾ ਜਿਹਾ ਵੇਲਾ ਹੋ ਗਿਆ। ਹਰਪ੍ਰੀਤ ਨੇ ਤਾਂ ਅੱਜ ਹੀ ਕੰਮ ਛੱਡਤਾ ਭਾਈ, ਕੀ ਹੋਗਾ ਜੇ ਦੋਨੇ ਭੈਣਾਂ ਨੇ 10 ਮਿੰਟ ਬਹਿ ਕੇ ਰਹਿ ਕਰ ਲਈ, ਕਦੇ ਆਏ ਨੰਗ ਜਾਂਦੇ ਕਦੇ ਆਏ ਨੰਗ ਜਾਂਦੇ, ਸੰਤ ਬੈਠਣਾ ਨੂੰ ਕਹਿੰਦੇ ਗੱਲਾਂ ਸੁਣਦੀ ਫਿਰਦੀ ਰਹਿੰਦੀ ਸਾਰਾ। ਤੂੰ ਤਾਂ ਵੇਖ ਮੱਝਾਂ ਵੀ ਨਹੀਂ, ਤੇ ਮੇਰੀ ਤਾਈ ਕਿੱਥੇ, ਮੈਂ ਮੇਰੀ ਤਾਈ ਨਾਲ ਗੱਲ ਕਰਦਾ। ਹਾਂ ਸੇ ਭਾਈ ਰਸੋਈ 'ਚ ਬੈਠੀ ਹੈਗੀ, ਬਾਗ ਬਹਿ ਇੱਧਰ ਕਰ ਲਾ ਗੱਲ। ਨਾ ਪਤਾ ਨੀ ਕਿਹਦੇ ਨਾਲ ਬੋਲੀ ਜਾਂਦਾ ਮੁੰਡਾ, ਆਈ ਨੀ ਪਤਾ ਵੀ ਕੋਈ ਮੇਰੀ ਗੱਲ ਕਿੱਚੀ ਨਾਲ ਲੜੀ ਜਾਂਦੇ ਹੋਣ ਮਾਂ ਪੁੱਤ। ਉਹ ਤਾਈ ਤੇਰੀਆਂ ਗੱਲਾਂ ਕਰਦੇ ਆ, ਹੋਰ ਗੱਲਾਂ ਕਿਹਦੀਆਂ ਕਰਨੀਆਂ ਸੀ, ਇਹ ਤੇਰੇ ਮੁੰਡੇ ਦਾ ਵਿਆਹ ਹੈ ਸੱਤੀ ਦਾ, ਹੁਣ ਗੱਲਾਂ ਹੋਰ ਕਿਹਦੀਆਂ ਕਰਾਂਗੇ। ਚੱਲ ਚੰਗਾ ਭਾਈ, ਸ਼ੁਕਰ ਹੈ ਜੇ ਭਾਈ ਮੁੰਡੇ ਦੇ ਵਿਆਹ ਦੀਆਂ ਗੱਲਾਂ ਕਰ ਜਾ ਭਾਈ ਮੇਰੇ ਦੀਆਂ ਤਾਂ। ਉਹ ਤਾਈ ਉਹ ਇੱਕ ਗੱਲ ਮੈਨੂੰ ਵਧੀਆ ਨਹੀਂ ਲੱਗੀ, ਉਹ ਮੇਰੀ ਮਾਂ ਨੇ ਦੇਖ ਲਿਆ ਵਿਆਹ ਆਪੇ ਘਰੇ ਤਰੀਕਾ ਆਪ ਹੀ ਰੱਖ ਲਈ, ਉਹ ਪਹਿਲਾਂ ਕਹਿੰਦੇ ਸੀ ਵੀ ਆਪੇ ਵਿਆਹ ਉਹ ਕਢਾ ਕੇ ਦੇਣਗੇ, ਉਹ ਨਾਲੇ ਮਾੜਾ ਮੋਟਾ ਕੋਈ ਨਿੰਦ ਵਿਚਾਰ ਵੀ ਕਰ ਲਿਆ ਕਰੋ ਗੱਲ ਦੀ, ਕੋਈ ਕਿਸੇ ਡੇਰੇ ਮੰਦਰ ਕਿਸੇ ਪੰਡਿਤ ਤੋਂ ਵਿਆਹ ਕਢਾ ਲੈਂਦੇ, ਆ ਦੇਖ ਲੈ ਮੇਰੀ ਮਾਂ ਦਾ ਆਪ ਹੀ ਤਰੀਕਾ ਰੱਖਣ ਬਹਿ ਜਾਂਦੀ ਹੈ। ਵੇ ਭਾਈ ਮੈਂ ਤਾਂ ਫਿਰ ਤੇ ਪੁੱਛਿਆ ਪਾ ਤੇਰੀ ਬੇਬੇ ਦੇ ਉਹ ਚ ਨਾ ਬੋਲੀ ਨਹੀਂ, ਉਹਨੇ ਬਸ ਡੈਰੀ ਚੱਕ ਕੇ ਆਪ ਹੀ ਵਿਆਹ ਕਰਤਾ, ਮੈਨੂੰ ਕਹਿੰਦੀ 4 ਤਰੀਕ ਦਾ ਨਿਕਲਦਾ ਪਹਿਲੇ, ਮੈਂ ਕਿਹਾ ਚੱਲ ਭਾਈ 4 ਦਾ ਕੱਢ ਲਾ, ਹੁਣ ਮੈਨੂੰ ਤਾਂ ਇਹ ਲੱਗਦਾ ਵੀ ਮੈਂ ਆਪ ਵਿਆਹ ਕਢਾ ਕੇ ਲਿਆ, ਮੈਂ ਤੂੰ ਮੇਰੇ ਨਾਲ ਵਗ ਚੱਲ। ਉਹ ਤਾਈ ਤੂੰ ਕਿਉਂ ਨਹੀਂ ਬੋਲੀ, ਤੂੰ ਅੱਜ ਦੀ ਮਾਲਕ ਹੈ, ਤੂੰ ਸਿਆਣੀ ਬਣੀ ਹੈ, ਉਹ ਤੂੰ ਤਾਂ ਰੱਬ ਦੀਆਂ ਦਿੱਤੀਆਂ ਖਾਣਣੀ ਹੈ, ਜਿਵੇਂ ਮੇਰੀ ਮਾਂ ਕਹੀ ਜਾਂਦੀ ਹੈ ਉਵੇਂ ਹੀ ਕਰ ਤੂੰ ਕਰੀ ਜਾਂਦੀ ਹੈ। ਉਹ ਕੋਈ ਗੱਲ ਨਹੀਂ, ਜੇ ਤੇਰੇ ਚਿੱਤ ਚ ਗੱਲ ਹੈ ਨਾ, ਮੇਰੀ ਮਾਂ ਮੂਹਰੇ ਮੈਨੂੰ ਪਤਾ ਤੂੰ ਬੋਲਦੀ ਨਹੀਂ, ਮੈਂ ਤੇਰੇ ਨਾਲ ਜਾਊਂਗਾ, ਕਿੱਥੋਂ ਤੂੰ ਕਹੇਗੀ ਵਿਆਹ ਆਪਾਂ ਉੱਥੇ ਕਢਾ ਕੇ ਲਿਆਵਾਂਗੇ। ਚੱਲ ਚੰਗਾ ਭਾਈ, ਸ਼ੁਕਰ ਹੈ ਜੇ ਤਾਂ ਭਾਈ ਤੂੰ ਵਗ ਚੱਲੇ ਨਾਲ, ਮੈਂ ਤਾਂ ਬਸ ਜੇ ਪੁੱਛੇ ਫਰੀ ਭਾਈ ਬੋਲੀ ਉਹੀ ਗੱਲ ਮੰਗੂ, ਉਹ ਭਾਈ ਥੋੜੀ ਜੀ ਵੱਧ ਦਿਮਾਗਦਾਰ ਆ, ਮੈਂ ਥੋੜੀ ਜੀ ਮੈਨੂੰ ਇੰਨਾ ਪਤਾ ਜਾ ਨਹੀਂ, ਮੈਂ ਤਾਂ ਬਸ ਆਈ ਚੇਪ ਜੀ ਮੰਨ ਗਈ ਵੀ ਚੱਲ ਹੁਣ ਆਪਾਂ ਇਹਨੂੰ ਕਾਹਨੂੰ ਕੋਈ ਕਿਸੇ ਗੱਲ ਦਾ ਮੋੜ ਕਰਨਾ। ਤਾਈ ਮੇਰੀ ਗੱਲ ਸੁਣ ਲੈ, ਮੇਰੇ ਭਰਾ ਦਾ ਨਾ 36 ਦਾ ਵਿਆਹ ਆਪਾਂ ਵਧੀਆ ਕਰਾਂਗੇ, ਠੀਕ ਹੈ, ਕਿਸੇ ਗੱਲ ਦੀ ਕੋਈ ਘਾਟ ਨਹੀਂ ਹੋਣੀ ਚਾਹੀਦੀ। ਨਾਲੇ ਮੇਰੀ ਗੱਲ ਸੁਣ ਲਓ, ਜਿੰਨਾ ਸਿਉਣਾ ਹਰਪ੍ਰੀਤ ਨੂੰ ਪਾਇਆਗਾ ਮੇਰੀ ਮਾਂ ਨੇ, ਨਾ 5 ਤੋਂ ਵੱਧ ਤੇ ਨਾ 5 ਤੋਂ ਘੱਟ, ਤਾਈ ਪੂਰਾ ਹੋਣਾ ਚਾਹੀਦਾ ਸਹੀ ਜਮਾ। ਓਏ ਭਾਈ ਤੂੰ ਤਾਂ ਦੋਨੀ ਸ਼ਰੀਕਾ ਕਰਨ ਲੱਗ ਗਏ, ਹਾਤਰੀ ਵੀ ਭਾਈ ਸ਼ਰੀਕਾ ਕਰਦੀਆਂ ਮੇਰੀ ਨੂੰਹ ਦਾ, ਭਾਈ ਤੂੰ ਵੀ ਕਰਦਾ ਆਂ ਜੇ ਫਿਰ ਆਪਣਾ ਇਕੱਠੀ ਨਹੀਂ ਲੂਣਾ। ਓ ਤਾਈ ਅਸੀਂ ਸ਼ਰੀਕਾ ਨਹੀਂ ਕਰਦੇ, ਮੈਂ ਤਾਂ ਇਹ ਗੱਲ ਕਹੀ ਸੀ ਮੇਰੀ ਮਾਂ ਨੂੰ ਵੀ ਪੂਰੀ ਹਿਸਾਬ ਕਿਤਾਬ ਠੀਕ ਹੁੰਦਾ ਆ, ਨਾ ਵੱਧ ਨਾ ਘੱਟ, ਕੱਲ ਨੂੰ ਆਪਾਂ ਅੱਡ ਵੀ ਹੋਣਾ ਹੈ,
ਹੁਣ ਫੇਰ ਵੀ ਗੱਲਾਂ ਦਾ ਪਤਾ ਲੱਗ ਹੀ ਜਾਂਦਾ। ਆਦਤਾਂ ਭਾਈ ਹੁਣ ਹੁਣ ਕੰਮ ਫੇਰ ਭਾਈ ਮੈਂ ਮਿਲ ਕੇ ਕਰਦੀ ਆ ਭਾਈ, ਹਲਤਰੀ ਦੇ ਨਾਲ ਕੰਮ ਮੈਂ ਵਧੀ ਕਰ ਜਾਂਦੀ ਆ, ਮੈਂ ਤਾਂ ਕਿਤੇ ਐਂ ਕਿਤੇ ਮਿਲਿਆ ਚੋਲੇ ਹੀ ਨਹੀਂ ਕੰਮ। ਭਾਈ ਗੱਲ ਕੰਮ ਦੀ ਨਹੀਂ ਹੁੰਦੀ, ਜਦੋਂ ਆਪਾਂ ਇਕੱਠੇ ਹੁੰਦੇ ਆ ਨਾ, ਕੋਈ ਕੰਮ ਵੱਧ ਕਰੇ ਭਾਵੇਂ ਦੀ ਘੱਟ ਕਰੇ, ਉਹ ਜਿਹੜੀਆਂ ਆਪਣੀਆਂ ਕੋਈ ਚੀਜ਼ਾਂ ਬਣਦੀਆਂ ਨੇ ਇਕੱਠ ਚ, ਉਹ ਤਾਂ ਸਾਰੀਆਂ ਇੱਕੋ ਜਿਹੀ ਬਣਦੀਆਂ ਨੇ। ਇੱਕੋ ਜਿਹੀਆਂ ਤਾਂ ਭਾਈ ਬਣਦੀਆਂ, ਹੁਣ ਸੁੱਖ ਨਾ ਭਾਈ ਫਿਰ ਦੇਖ ਜਵਾਬ ਕਿੱਡੇ ਕਿੱਡੇ ਹੋ ਗਏ ਇਕੱਠ ਚ, ਹਜੇ ਮੇਰੇ ਕਿਤੇ ਨੂੰਹ ਆਊਗੀ ਫਿਰ ਕੋਈ ਕਿਤੇ ਨਿਆਣਾ ਹੋਊਗਾ, ਸਾਡਾ ਕੀ ਇਕੱਠ ਸੀ ਭਾਈ। ਉਹ ਮੇਰੀ ਗੱਲ ਸੁਣ ਲੈ, ਮੈਂ ਤਾਂ ਹਲਵਾ ਸੀਗਾ, ਮੈਂ ਤਾਂ ਖੇਤੀ ਕਰਨ ਵਾਲਾ ਸੀਗਾ, ਕੰਮ ਕਰਨ ਵਾਲਾ, ਉਹ ਸੱਤੀ ਪੜ੍ਹਦਾ ਵੀ ਰਿਹਾ, ਪੜ੍ਹ ਕੇ ਦੇਖ ਲੈ ਉਹ ਕਿੱਥੇ ਪ੍ਰਦੇਸ਼ਾਂ ਚ ਫਿਰਦਾ ਹੈਗਾ, ਉੱਥੇ ਵੀ ਪੈਸੇ ਲੱਗੇ ਨੇ ਜਦੋਂ ਗਿਆ ਉਹ। ਪੈਸਾ ਭਾਈ ਫਿਰ ਜਾਇਦਾ, ਹੁਣ ਆਪਾਂ ਜੇ ਮਾੜੀ ਮਾੜੀ ਗੱਲ ਦਾ ਹਿੱਖਾ ਕਰੀ ਜਾਈਏ ਫਿਰ ਤਾਂ ਭਾਈ ਆਪਣਾ ਉਹਦੇ ਦਾ ਇਕੱਠ ਹੀ ਨਹੀਂ ਸੀ ਨਿਮਦਾ, ਜੇ ਆਪਾਂ ਕਿਸੇ ਗੱਲ ਦਾ ਗਿਲਾ ਨਹੀਂ ਕਰਿਆ ਫਿਰ ਹੀ ਆਪਾਂ ਇੱਥੋਂ ਤੱਕ ਆਇਆ, ਫਿਰ ਹੀ ਆਪਣਾ ਇਕੱਠ ਨਹੀਂ। ਤਾਈ ਗਿਲਾ ਤਾਂ ਗੱਲ ਗੱਲ ਤੇ ਹੋ ਜਾਂਦਾ, ਇਹ ਤਾਂ ਮੇਰੀ ਮਾਂ ਨਾ ਬਾਹਲੀ ਸਿਆਣੀ ਹੈ, ਉਹ ਸੋਚ ਸਮਝ ਕੇ ਚੱਲਦੀ ਹੈ, ਇੱਕੋ ਜਿਹੀਆਂ ਗੱਲਾਂ ਕਰਦੀ ਹੈ, ਜੇ ਆਪਾਂ ਇੱਕ ਤੌੜੀ ਚ ਦੋ ਢਿੱਡ ਕਰਨ ਲੱਗੇ ਨਾ ਫਿਰ ਆਪਣਾ ਇਕੱਠ ਕੁੱਠ ਨਹੀਂ ਚੱਲਣਾ। ਚੱਲ ਭਾਈ ਤੁਹਾਡੀ ਮਰਜ਼ੀ ਹੈ, ਹੁਣ ਤਾਂ ਭਾਈ ਹੁਣ ਤਾਂ ਉਹੀ ਗੱਲ ਮੰਗੂ ਤੂੰ ਤਾਂ ਜਮਾ ਮਿਣ ਕੇ ਕਹਿੰਦੇ ਆ ਕਿ ਮਿਣ ਕੇ ਵੀ ਮਿਣ ਕੇ ਜੇ ਕੋਈ ਟੋਲਾ ਵੱਧ ਪਾ ਦਿੰਦੇ ਫਿਰ ਕਿੰਨੀ ਕੁ ਗੱਲ ਸੀ ਦੱਸ। ਉਹ ਤਾਈ ਤੂੰ ਵੱਧ ਤਾਂ ਕਹੀ ਜਾਨੀ ਹੈ, ਜੇ ਤੂੰ ਵੱਧ ਪਾਉਣਾ ਵੀ ਹੈ ਤਾਂ ਹਰਪ੍ਰੀਤ ਨੂੰ ਕੋਈ ਟੂਮ ਕਰਾਉਣੀ ਪਊ, ਉਹ ਤਾਂ ਬਰੋਬਰ ਟੂਮ ਭਾਲੂਗੀ, ਫੇਰ ਮੈਂ ਇਹ ਗੱਲ ਤੂੰ ਕਹੀ। ਉਹ ਤਾਂ ਭਾਈ ਸਰੀਕਾ ਹੀ ਹੈ, ਚੱਲ ਭਾਈ ਦੇਖਾਂਗੇ ਕਿਵੇਂ ਕੁਛ ਬਣੂ, ਰੱਬ ਸੁੱਖ ਰੱਖੇ, ਹੱਥ ਬਥੇਰੇ ਦਿਨ ਪਾਏ ਨੇ ਭਾਈ ਤੇ ਮੈਂ ਤਾਂ ਭਾਂਡੇ ਮਾਂਜਦੀਆਂ ਨੇ। ਉਹ ਤਾਈ ਸੁੱਖ ਦੀਆਂ ਗੱਲਾਂ ਨੇ, ਉਹ ਦੇਖ ਲੈ ਵਿਆਹ ਆਪਾਂ ਦੇਖੀ ਜੋ ਹਜੇ ਕਢਾਇਆ, ਹੁਣ ਕਰਨੀ ਕਰਨਾ, ਉਹ ਮੱਝਾਂ ਨੂੰ ਮੇਰਾ ਕਿਸੇ ਨੇ ਪਾਇਆ, ਮੈਂ ਤਾਂ ਮੱਝਾਂ ਨੂੰ ਜਾ ਕੇ ਦੇਖਦਾ। ਚੱਲ ਦੇਖ ਲਾ ਭਾਈ ਦੇਖ ਲਾ, ਕਿਵੇਂ ਕਿਚ ਕਿਚ ਕਰਦੇ ਨੇ ਮੇਰੇ ਪੁੱਤ ਦੇ ਵਿਆਹ ਚ, ਸੌ ਸੁੱਖ ਦਾ ਮੇਰੇ ਇੱਕ ਜਵਾਕ ਹੈ, ਉਹ ਸੱਚੀ ਕਿਚ ਕਿਚ ਕਰਦੇ ਨੇ, ਉੱਠਾ ਭਾਂਡੇ ਮਾਂਜਾ। ਲੱਗੇ ਤੁਸੀਂ ਐਂ ਕਰਦੇ ਹੋਗੇ, ਦੋ ਟੋਲੇ ਮੇਰੇ ਕੋਲੇ ਹੈਗੇ ਨੇ, ਪੰਜ ਟੋਲੇ ਮੈਂ ਘਰੋਂ ਪਵਾ ਲੂੰਗੀ ਸਾਂਝੇ ਘਰ ਚੋਂ, ਸੱਤ ਟੋਲਿਆਂ ਦਾ ਮੈਂ ਤਾਂ ਰਾਣੀ ਹਾਰ ਹੀ ਕਰਾਉਂਗੀ, ਤੇ ਕਹਿੰਦਾ ਫਿਰ ਤੁਸੀਂ ਹੁਣ ਅੜਵਾਈਆਂ ਕਰ ਦਿਓ, ਹੁਣ ਮੈਂ ਵੀ ਤੁਹਾਡੇ ਵਿਆਹ ਕੱਢੇ ਤੇ ਜਮਾਂ ਨੀ ਰਹਿੰਦੀ ਕਾਪੀ ਉਹ ਤੇ ਡੈਰੀ ਤੇ, ਹੁਣ ਮੈਂ ਵੀ ਵਿਆਹ ਕਢਾ ਕੇ ਲਿਆਉਂਗੀ, ਜੇ ਕਿ ਤਾਂ ਆਵਾਂਗੇ 500 ਵਿਆਹ ਕਢਾਈ ਦਾ ਫਿਰ ਹੀ ਲੋਟ ਆਉਂਗੇ। ਕਿਵੇਂ ਬਣੇ ਅੰਦਰ ਜੇ ਬੜੀ ਨੇ, ਕਹਿੰਦੇ ਚਾਚੂ ਤੜੀ ਆ ਕੋਈ ਖੜਗੀ, ਭਾਂਡੇ ਮਾਂਜਦੀ ਸੀ, ਮੈਂ ਕਿਹਾ ਮਾਂਜ ਜਾ ਭਾਂਡੇ ਪਾਈ ਸੀ ਭਾਂਡੇ ਮਾਂਜਣ ਨਾਲੇ। ਅੱਛਾ ਮੈਂ ਤੇ ਮੇਰੇ ਨਾਲ ਕਰਾਇ ਕਰਦੀ ਸੀ ਤੇ ਗੁੱਸਾ ਵੀ ਨਾ ਕਰੀ ਤੇ ਲੜੀ ਵੀ ਨਾ ਮੇਰੇ ਨਾਲ, ਮੈਂ ਤੈਨੂੰ ਦੱਸਾਂ ਭਾਂਡੇ ਗੁੱਸਾ ਤਾਂ ਕਾਦਾ ਇਕੱਠ ਬੱਠਾਂ ਜਾ ਨਾ ਕਿੰਨਾ ਆਪਣਾ ਪੱਠੀ ਹੈ ਪੱਠੀ ਹੈ ਗੁੱਸਾ ਕਾਦਾ ਦਾ। ਤੇ ਹਰਪ੍ਰੀਤ ਕਹਿੰਦੇ ਕਹਿੰਦੀ ਹੈਗੀ ਵੀ ਪੰਜ ਤੋਲੇ ਸਾਂ ਦੇ ਮੈਨੂੰ ਪਾਏ, ਪੰਜ ਹੀ ਪਾਏ, ਕਹਿੰਦੀ ਸੱਤੀ ਦੀ ਬਹੂ। ਅੱਛਾ ਤਾਂ ਦੇਖ ਲਾ ਹਜੇ ਵਿਆਹ ਕਢਾਇਆ ਨੀ, ਕੋਈ ਗੱਲ ਨੀ ਕੋਈ ਬਾਤ ਨੀ, ਪਰ ਵੀ ਕ੍ਰੋਸ ਪਾਉਣ ਲੱਗ ਗਈ ਮੇਰੇ ਪੁੱਤ ਦੇ ਵਿਆਹ ਤੇ। ਹੋਰ ਵਿਆਹ ਤਾਂ ਕਢਾਈ ਰੱਖਿਆ ਸੁੱਖ ਨਾ ਬਣਿਆ, ਪਰ ਜੇ ਉਹ ਤਰੀਕ ਹੀ ਪੱਕੀ ਕਰ ਲਈ ਚਾਰ ਕਢਾਈ ਹੈ ਵਿਆਹ ਤਾਂ, ਕਹਿੰਦੇ ਤੂੰ ਕਿਉਂ ਉਹਦੇ ਦਿਮਾਗ ਚ ਗੱਲ ਰੱਖਦੀ, ਕਲੇਸ਼ ਪਾਉਂਦੇ ਪਾਈ ਜਾਂਦੇ, ਆਪਾਂ ਪੰਜ ਤੋਲੇ ਉਹਨੂੰ ਪਾਏ, ਪੰਜ ਇਹਨੂੰ ਪਾ ਦਾਂਗੇ ਫਿਰ ਹੋਰ ਕੀ ਹੈ। ਨੀ ਭਾਂਡੇ ਪੰਜ ਤਾਂ ਚੱਲ ਫਿਰ ਪਾਵਾਂਗੇ, ਜੇ ਉਹਨਾਂ ਆਪਾਂ ਤੋਲਾ ਵੱਧ ਪਾ ਦਾਂਗੇ ਕੁੜੇ ਅਸੀਂ ਵੀ ਕੰਮ ਕਰਦੇ ਆ ਇਕੱਠ ਚ, ਫਿਰ ਕਿੰਨੀ ਕੁ ਗੱਲ ਹੈਗੀ। ਨੀ ਤੈਨੂੰ ਪਤਾ ਭੈਣੇ ਕਹਿੰਦੇ ਤਾਂ ਮਾੜੇ ਮਾੜੇ ਗੱਲਾਂ ਦਾ ਸਰੀਕਾ ਕਰਦੇ ਆ, ਮੇਰੇ ਵੱਲੋਂ ਤਾਂ ਪੰਜ ਦੇ ਭਾਵੇਂ ਦੋ ਪਾ ਲੈਣੀ, ਮੁੰਡਾ ਵੀ ਆੜਾ ਭਾਵੇਂ ਦੋ ਤੋਲੇ ਪਾ ਦਿੰਦੇ ਮਾਂ, ਕਹਿੰਦਾ ਹਰਪ੍ਰੀਤ ਮਾੜੀ ਮਾੜੀ ਗੱਲ ਤੇ ਸਰੀਕਾ ਕਰਦੀ, ਉਹਨੂੰ ਤਾਂ ਐਂ ਵੀ ਜੇ ਮਾੜਾ ਮੋਟਾ ਫਰਕ ਨਿਕਲ ਮੈਂ ਵਿੱਚੋਂ ਕੋਈ ਡੂਬ ਕਰਾਵਾਂ। ਸਰੀਕਾ ਭਾਈ ਕਾਹਦਾਗਾ, ਹੁਣ ਉਹਦੇ ਸੁੱਕਣਾ ਫਿਰ ਜਵਾਕ ਵੀ ਹੈ, ਟੱਬਰ ਵੀ ਹੁਣ ਸੁੱਕਣਾ ਪਰਿਵਾਰ ਬਣਿਆ ਤੇ ਉਹਦਾ, ਤੇ ਅਸੀਂ ਤਾਂ ਜੇ ਉਹ ਗੱਲ ਮੰਗੂ ਤਿੰਨ ਜਣੇ ਆਏਂਗੇ। ਗੱਲ ਤਾਂ ਸਹੀ ਹੈ ਭੈਣੇ, ਫਿਰ ਜਦੋਂ ਹੁਣ ਮੰਨਦੀ ਨੀ ਚੱਲ ਕੋਈ ਨਾ, ਫਿਰ ਕਹਿੰਦੇ ਜੇ ਇਹ ਹਿਸਾਬ ਨਾਲ ਤੂੰ ਕਹਿੰਦੀ ਉਵੇਂ ਦੱਸ ਦੇ ਫਿਰ ਕੀ ਕਰੀਏ। ਮੈਂ ਤਾਂ ਭਾਈ ਹਿਸਾਬ ਨਾਲ ਫਿਰ ਦੋ ਤੋਲੇ ਭਾਈ ਮੇਰੇ ਕੋਲੇ ਹੈਗੇ ਨੇ, ਤੇ ਫਿਰ ਪੰਜ ਤੋਲੇ ਜੇ ਭਾਈ ਉਹ ਕਹਿੰਦੀ ਹੈ ਤੇ ਸੱਤ ਤੋਲਿਆਂ ਦਾ ਚੱਲ ਭਾਈ ਫਿਰ ਰਾਣੀ ਹਾਰ ਬਣ ਜੂਗਾ, ਫਿਰ ਭਾਈ ਰਾਣੀ ਹਾਰ ਪਾ ਦੂੰ ਫਿਰ ਮੈਂ ਤਾਂ ਮੇਰੀ ਨੂੰਹ।
ਰਾਣੀ ਮਰ ਪਾਏਗੀ। ਹਾਂ ਫਿਰ ਸਵੇਰੇ ਕਹਿੰਦੇ ਹੁਣ ਦੇਖ ਦੋ ਤੋਲੇ ਤੂੰ ਤਾਂ ਆਪਦੇ ਕੋਲੋਂ ਪੈਣੀ ਹੈ, ਇਹਨੂੰ ਆਏ ਹੋਜੂ ਵੀ ਖਾਣੀ ਮੇਰੀ ਬੇਬੇ ਨੇ ਕੱਠ ਚ ਕਰਾ ਕੇ ਦਿੱਤੇ, ਨਾਲੇ ਤੂੰ ਆਪਦੇ ਕੋਲੋਂ ਪਾਏਗੀ ਨਾਲੇ ਇਹਨੂੰ ਆਏ ਹੋਜੂ ਵੀ ਸੱਤ ਤੋਲੇ ਖਾਣੇ ਘਰੋਂ ਕਰਾਏ। ਲੈ ਭਾਈ ਘਰੋਂ ਤਾਂ ਕਿਉਂ ਕਰਾਏ, ਦੋ ਤੋਲੇ ਤਾਂ ਮੇਰੇ ਕੋਲੇ ਹੁਣ ਪਤਾ ਹੀ ਉਹਨੂੰ ਵੀ ਦੋ ਤੋਲੇ 22 ਕੋਲੇ ਹੈਗੇ ਨੇ, ਜੇ ਭਾਈ ਇੰਨਾ ਵਾਹੇ ਮੈਂ ਉਹਦੇ ਮਨ ਚ ਫਿਰ ਭਾਈ ਮੈਨੂੰ ਅੱਡ ਕਰ ਦਿਓ, ਅੱਡ ਕਰਕੇ ਭਾਈ ਫਿਰ ਮੈਂ ਭਾਵਾਂ ਕਿੰਨਾ ਲਾਵਾਂ ਉਹਦੇ ਭਾਈ ਵਿਆਹ ਤੇ ਕਿੰਨਾ ਨਾ ਲਾਵਾਂ ਉਹਦੇ ਪੁੱਤ ਦੇ ਵਿਆਹ ਤੇ। ਮੈਂ ਅੱਡ ਤਾਂ ਕਿਉਂ ਕਰਾਂਗੇ ਸੁਖਣਾ, ਹੁਣ ਹੁਣ ਵੇ ਤੇਰੇ ਜਵਾਕ ਨੂੰ ਅਸੀਂ ਅੱਡ ਕਰ ਦਈਏ, ਅੱਡ ਤਾਂ ਕਿਉਂ ਕਰਾਂਗੇ, ਵਿਆਹ ਤਾਂ ਆਪਾਂ ਕੱਠ ਚ ਕਰਾਂਗੇ, ਐਵੇਂ ਦਿਲ ਨਾਲ ਛੋਟਾ ਕਰਕੇ ਇਹਨੇ ਦਿਲ ਨਾਲ ਸਿੱਟ ਪੈਣੇ, ਜਿੰਨੇ ਯੋਗ ਹੈਗੇ ਕਰਾਂਗੇ। ਫੇਰ ਭਾਈ ਉਹ ਹੁਣ ਬਾਹਲੇ ਕਿਚਕੀ ਚ ਕਰਨਗੇ, ਫਿਰ ਤਾਂ ਮੈਨੂੰ ਅੱਡ ਹੀ ਹੋਣਾ ਪਊਗਾ, ਭਲਾ ਮੁੰਡਾ ਵੀ ਆਖੀ ਗਿਆ ਗਾ ਕਿ ਹਰਪ੍ਰੀਤ ਕਹਿੰਦੀ ਆ ਤਾਈ ਵੀ ਆਪਾਂ ਤਾਂ 5 ਤੋੜੀ ਪਾਵਾਂਗੇ, ਪੰਦੇ ਭਾਈ ਆਪਦੇ ਮਨ ਹੀ ਬਣਾ ਕੇ ਆਖੀ ਜਾਂਦੇ ਕਿ ਭਾਈ ਉਹਨੂੰ ਹਰਪ੍ਰੀਤ ਹੀ ਕਹਿੰਦੀ ਹੈਗੀ। ਉਹੀ ਕਹਿੰਦੀ ਹੋ ਹਰਪ੍ਰੀਤ ਹੀ, ਮੁੰਡਾ ਤਾਂ ਕਿਉਂ ਕਹਿੰਦਾ, ਗੁਰਲਾਲ ਸਿੰਘ ਨੂੰ ਵੀ ਤੁਹਾਨੂੰ ਕਹਿੰਦਾ। ਹਾਂ ਆਖਿਆ ਮੈਨੂੰ ਕਹਿੰਦਾ ਤਾਈ 5 ਤੋੜੇ ਹੀ ਪਾਵਾਂਗੇ ਆਪਾਂ, 5 ਤੋੜੀ ਕਹਿੰਦਾ ਆਪਾਂ ਹਰਪ੍ਰੀਤ ਨੂੰ ਪਾਏ ਨੇ। ਤੇ ਚੱਲ ਕੋਈ ਨਾ ਭੈਣ, ਇਹੀ ਤਾਂ ਕਹਿੰਦਾ ਹੁੰਦੇ ਜਿਹੜਾ ਵੱਡਾ ਵਿਆਹ ਲੈਣਾ ਜਵਾਕ ਜਿਲਾ, ਉਹ ਤਾਂ ਕਹਿੰਦਾ ਉਹਦੀ ਮਰਜ਼ੀ ਨਾਲ ਵਿਆਹ ਲੈਣਾ, ਜਿਹਦੇ ਮਗਰ ਦੂਜੇ ਨੇ ਵਿਆਹਣਾ ਹੁੰਦਾ ਉਹਨੂੰ ਫਿਰ ਉਹਦੇ ਮਗਰ ਚੱਲਣਾ ਪੈਂਦਾ ਗਾ, ਨਾ ਤਾਂ ਆਪਦੀ ਚਲਾ ਸਕਦਾ ਨਾ ਚਲਾ ਸਕਦਾ ਵਿਆਹ, ਫਿਰ ਉਹਦਾ ਮੰਗੇ ਛੋਟੇ ਹੋ ਤਾਂ ਫਿਰ ਹੱਥ ਚੱਕ ਨਹੀਂ ਕੰਮ ਹੋ ਜਾਂਦਾ, ਵੱਡਾ ਤਾਂ ਕੱਠ ਚ ਵਿਆਹ ਜਾਂਦਾ, ਕਹਿੰਦਾ ਕੋਈ ਛੋਟਾ ਹੁੰਦਾ ਮੇਰੇ ਵਰਗਾ, ਹੁਣ ਤਾਂ ਹੱਥ ਚੱਕਨੀ ਚੀਜ਼ ਨਾ, ਹੱਥ ਚੱਕਵੀ ਤਾਂ ਕਿਉਂ ਮਿਲੂ ਭੈਣੇ, ਜਿੰਨੇ ਉਹਨੂੰ ਦਿੱਤੀ ਉਹਨੀ ਚੀਜ਼ ਤਾਂ ਮੈਂ ਬੈਠੀ ਆ ਜਿਉਂਦੀ, ਤੈਨੂੰ ਉਹਨੀ ਚੀਜ਼ ਤਾਂ ਮਿਲੂਗੀ, ਸਿਆਉਣਾ ਵੀ ਮਿਲੂਗਾ, ਲੀੜਾ ਜੋੜਾ ਵੀ ਮਿਲੂਗਾ, ਵੱਧ ਜੇ ਕਹਿੰਦੇ ਭਾਈ ਤੂੰ ਆਪਦੇ ਕੋਲ ਪਾਏਗੀ ਦੇਖ, ਉਹ ਤਾਂ ਪਾਉਣਾ ਹੀ ਪਾਉਣਾ, ਉਹ ਵੀ ਕੀ ਗੱਲ ਹੈ, ਉਹ ਆਪਾਂ ਬਹਿ ਕੇ ਦੋ ਵਿੱਚ ਹਰਪ੍ਰੀਤ ਨੂੰ ਬਹਾ ਲਾਂਗੇ, ਵਿੱਚ ਗੁਰਲਾਲ ਸਿੰਘ ਨੂੰ ਬਹਾ ਲਾਂਗੇ, ਆਪਾਂ ਰਾਏ ਕਰ ਲਾਂਗੇ। ਚਲ ਭਾਈ ਰਾਏ ਕਰ ਲਓ, ਨਹੀਂ ਭਾਈ ਫਿਰ ਜੇ ਨਹੀਂ ਭਾਈ ਉਹ ਇੰਨਾ ਸਰੀਕਾ ਕਰਦੀ ਆ, ਫਿਰ ਭਾਈ ਮੇਰੀਆਂ ਤਾਂ ਦੋ ਬਾਟੀਆਂ ਅੱਡ ਹੀ ਕਰ ਦਿਓ। ਨਾ ਨਾ ਅੱਡ ਨਹੀਂ ਕਰਦੇ, ਵਿਆਹਾਂਗੇ ਤਾਂ ਕੱਠ ਚ, ਕੋਈ ਨਾ ਤੂੰ ਨਾ ਕਹਿੰਦੇ ਐਵੇਂ ਕਵਰਾ, ਤੇ ਕਹਿੰਦੇ ਕੋਈ ਨਾ ਮੈਂ ਕਰਦੀ ਆ, ਕਹਿੰਦੇ ਗੱਲ ਹਰਪ੍ਰੀਤ ਨਾਲ ਵੀ ਕਰਦੀ, ਹੁਣ ਪੂਰਾ ਸੁਰੇ ਤਾਂ ਫਿਰ 5 ਤੋਲੇ ਤਾਂ ਭਾਵੇਂ ਬਣਦੇ ਵੀ ਨਹੀਂ, ਵੀ ਹੁਣ ਵੱਧ ਵੀ ਸਕਦਾ ਕੋਈ, ਹਾਂ ਹਾਂ ਵੱਧ ਵੀ ਸਕਦਾ, ਘਟਾਉਂਦੇ ਤਾਂ ਹੈ ਨੀ, 5 ਤੋਲੇ ਤਾਂ ਵਧੂਗਾ ਹੀ, ਪੂਰਾ ਵਧੂਗਾ, ਘਟਾ ਤਾਂ ਸਕਦੇ ਨੀ, ਹੁਣ ਕਹਿੰਦੇ ਜੋ ਕਹੂਗੀ ਕਹਿੰਦੇ ਆਪਾਂ ਕਹਿੰਦੇ ਵਧੂਗਾ, ਉਹ ਤਾਂ ਕਹਿੰਦੀ ਵਧਾ ਹੋ ਨਾ, ਤੂੰ ਕਹਿੰਦੀ ਰੱਖ, ਕਹਿੰਦੇ ਮੈਂ ਮੇਰਾ ਆਪਦਾ ਉਹ ਨਹੀਂ ਕਹਿੰਦਾ ਵੀ ਘਟਾ ਰਹੀ, ਕਿਉਂ ਘਟਾਈਏ 5 ਤੋਂ ਆਪਾਂ ਪੂਰੇ ਭਾਈ, 5 ਤੋਂ ਉੱਤੇ ਭਾਵਾਂ ਜੀ ਮੈਂ ਕਰਾ ਦਿਆਂ, ਮੈਂ ਘਟਾਉਂਦੀ ਨੀ ਭਾਈ, ਨਾ ਨਾ ਕੋਈ ਨਾ ਕਹਿੰਦੇ ਕਰਦੀ ਆ ਮੈਂ, ਕਹਿੰਦੇ ਗੱਲ ਹਰਪ੍ਰੀਤ ਨਾਲ ਵੀ, ਕੋਈ ਨਾ ਕਹਿੰਦੇ ਤੂੰ ਨਾ ਹਜੇ ਛੇੜੀ ਉਹਨੂੰ, ਕਹਿੰਦੇ ਹੌਲੀ ਹੌਲੀ ਆਪੇ ਤੇਰੇ ਨਾਲ ਗੱਲ ਕਰ ਲੂਗੀ, ਉਦੋਂ ਪੁੱਛ ਲਈ। ਚੱਲ ਭਾਈ ਮੈਂ ਤਾਂ ਕੀ ਫੇਰਦੀਆਂ, ਤੂੰ ਕਰ ਲਾ ਭਾਈ ਗੱਲ, ਜੇ ਤੇਰੀ ਮੰਨੂਗੀ ਤਾਂ ਫੇਰ। ਤਾਈ ਨੂੰ ਆਖਿਆ ਸੀ ਵੀ ਤਾਈ ਆ ਵਿਹੜੇ ਚ ਬੌਂਕਰ ਮਾਰਦੀ, ਪਤਾ ਨੀ ਕਿੱਧਰ ਤੁਰ ਗਈ ਬੌਂਕਰ, ਆਪ ਹੀ ਸਿੱਟੀ ਤਾਈ ਤਾਂ ਲਾ ਗਈ ਰੰਗ ਸੰਭਰ ਕੇ, ਤਾਈ ਨੇ ਕਿਹੜਾ ਸੰਭਰ ਸੂਰੀ ਕਰਨੀ ਹੈ, ਤਾਈ ਨੂੰ ਤਾਂ ਹੁਣ ਹੋਰ ਕੋਈ ਕੰਮ ਨੀ, ਵਿਆਹ ਹੀ ਦੀਨਾ ਕੱਲਾ ਬਸ, ਵਿਆਹ 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 ਦੀਨਾ ਹੁੰਦਾ ਭਾਈ, ਜਿਹਦੇ ਜਵਾਕ ਦਾ ਵਿਆਹ ਹੋਵੇ ਨਾ, ਮਸਾਂ ਜਵਾਕ ਲਿਆ ਹੋਵੇ, 10 ਸਾਲਾਂ ਬਾਅਦ ਤਾਂ ਉਹਨੇ ਜਵਾਕ ਲਿਆ ਗਾ, ਕਹਿੰਦੇ ਮੇਰੇ ਨੇ ਜਵਾਕ ਕਿੱਡੇ ਕਿੱਡੇ ਸੀ ਤੇ ਉਹ ਮੈਥੋਂ ਪਹਿਲਾਂ ਹੀ ਜਵਾਕ ਉਹਦਾ ਮਗਰੋਂ ਹੋਇਆ, ਹੁਣ ਤੂੰ ਕਿਹ ਕੋਲ ਇਸ ਪਾਈ ਜਾਂਦੀ ਹੈ ਭਾਈ, ਫਿਰ ਵੀ ਉਹਦੇ ਚ ਮੇਰਾ ਕੀ ਦੋਸ਼ ਹੈ, ਉਹ ਤਾਂ ਰੱਬ ਨੇ ਦੇਣਾ ਹੈ, ਰੱਬ ਦੀ ਦੇਣਾ, ਰੱਬ ਨੇ ਜੋ ਦਾਤ ਦਿੱਤੀ ਉਹਦਾ ਉਹਦੇ ਕੋਲੇ ਆ ਗਿਆ, ਕੋਈ ਨਾ ਵੀ ਉਹਦੇ ਕੱਲੇ ਹੀ ਪੱਲਾ ਤਾਂ ਆ, ਕੋਈ ਗੱਲ ਨਾ, ਫਿਰ ਕਹਿੰਦੇ ਮੇਰੇ ਜਵਾਕਾਂ ਨੂੰ ਦੇਖ ਕੇ ਵੀ ਛੋਟੀਆਂ, ਕਹਿੰਦੇ ਉਹ ਕਿੰਨਾ ਉਹਦਾ ਮਨ ਦੁਖੀ ਹੁੰਦਾ ਸੀ, ਹੁਣ ਜੇ ਉਹ ਵੱਡੀ ਹੈ ਉਹਦਾ ਮੁੰਡਾ ਮਗਰੋਂ ਵਿਆਹੀਦਾ ਤਾਂ ਹੁਣ ਤੂੰ ਕਲੇਸ਼ ਪਾਈ ਜਾਂਦੀ ਹੈ, ਵੀ ਮੇਰਾ ਤਾਂ ਦੇਖ ਕੋਈ ਕਲੇਸ਼ ਨਹੀਂ ਪਾਇਆ, ਮੈਂ ਤਾਂ ਕੁਛ ਨਹੀਂ ਕਹਿੰਦੀ, ਮੈਂ ਤਾਂ ਤੁਹਾਨੂੰ ਇਹੀ ਕਹਿੰਦੀ ਹਾਂ ਵੀ ਭਾਈ ਬਰਾਬਰ ਰੱਖਿਓ, ਫਰਕ ਨਾ ਪਾਵੇ, ਫਿਰ ਫਰਕ ਪੈ ਜਾਂਦਾ ਦਰਾਣੀ ਜਠਾਣੀ ਚ, ਫਰਕ ਨਹੀਂ ਪੈਂਦਾ ਭਾਈ, 5 ਤੋਲੇ ਤੈਨੂੰ ਪਾਏ ਸੀ, 5 ਉਹਨੂੰ ਪਾਵਾਂਗੇ, 2 ਤੋਲੇ ਤੇਰੇ ਤਾਈ ਦੇ ਕੋਲੇ ਉਹ ਪਾਵਾਂਗੇ, ਉਹ ਕਹਿੰਦੀ ਮੈਂ ਰਾਣੀ ਹਾਰ ਕਰਾਂ। ਅੱਛਾ ਬਣ ਗਈ ਨਾ ਉਹੀ ਗੱਲ ਜਿਹੜੀ ਗੱਲ ਦਾ ਮੈਨੂੰ ਡਰ ਸੀ, ਮੈਨੂੰ ਚਾਚੀ ਨੇ ਦੱਸਿਆ ਸੀ, ਚਾਚੀ ਕੋਲੇ ਤਾਈ ਕਹਿ ਕੇ ਆਈ ਹੈ ਵੀ ਮੈਂ ਤਾਂ ਆਪਦੀ ਨੂੰਹ ਨੂੰ ਰਾਣੀ ਹਾਰ ਪਾਉਂਗੀ, ਕੁਛ ਮਰਜ਼ੀ ਕਰ ਲੈਣ, ਰਾਣੀ ਹਾਰ ਕਰਾਉਣੀ ਹੈ, ਮੈਨੂੰ ਤਾਂ ਆਪ ਰਾਣੀ ਹਾਰ ਚਾਹੀਦਾ, ਮੇਰਾ ਟੱਪ ਸੈੱਟ ਬਣਾ ਕੇ ਨਾਲ ਹੀ ਰਾਣੀ ਹਾਰ ਕਰਾ ਕੇ ਦਿਓ, ਫਿਰ ਆਪਾਂ ਤਾਂ 5 ਤੋਲੇ ਜਿੰਨੇ ਸਾਂਝੇ ਕਰ ਦਿਓ, 5 ਹੀ ਤੈਨੂੰ ਪਾਏ, 2 ਤੋਲੇ ਤਾਂ ਉਹਦੇ ਕੋਲੇ ਹੈ, ਮੈਂ ਫਿਰ ਤੇਰੇ ਕੋਲੇ ਕੁਛ ਨਹੀਂ ਸੀ, ਜੇ ਸਾਡਾ ਵਿਆਹ ਹੋਏ ਮੇਰੇ ਕੋਲੇ ਕੀ ਸੀ, ਜਿਹੋ ਜਿਹਾ ਮੇਰੇ ਕੋਲ ਸੀ ਪਤਾ ਨੀ, ਅੱਧਾ ਤੋਲਾ ਸੀ ਪਤਾ ਨੀ ਤੋਲਾ ਸੀ, ਉਹਦਾ ਮੈਨੂੰ ਤਾਂ ਪਤਾ ਨੀ ਕੀ ਕੁਛ ਹੋ ਗਿਆ, ਪਤਾ ਨੀ ਵਿੱਚ ਪਾਤਾ, ਪਤਾ ਨੀ ਕੀ ਕੁਛ ਹੋ ਗਿਆ, ਮੈਨੂੰ ਤਾਂ ਪਤਾ ਨੀ, ਠੀਕ ਹੈ ਮੈਂ ਤੈਨੂੰ ਤਾਂ ਪਤਾ ਹੀ ਨਹੀਂ ਲੱਗਾ ਤੇਰੇ ਸਿਆਣੇ ਨਾਲ, ਤੇਰੇ ਸਿਆਣੇ ਦਾ ਪਤਾ ਨੀ ਤੇ ਵਿੱਚ ਪਾਤਾ ਤੇ ਪਤਾ ਨੀ ਉਹੀ ਗੱਲ ਕਰਦਿਆਂ ਨੇ ਰੱਖ ਲਿਆ, ਕੀ ਗੱਲ ਤੈਨੂੰ ਘੱਟ ਕਰਦੇ ਸੀ ਫਿਰ ਤੇਰੇ ਕੋਲੇ, ਜੇ ਤਾਈ ਕੋਲੇ 2 ਤੋਣੇ ਤੇਰੇ ਕੋਲੇ ਕਿਉਂ ਨਹੀਂ ਸੀ, ਮੇਰੇ ਕੋਲ
ਘੱਟ ਸੀਗਾ ਭਾਈ, ਕੋਈ ਗੱਲ ਨੀ ਹੁਣ ਤੁਸੀਂ ਸਰੀਕਾ ਕਰ ਦਵੋ। ਅਸੀਂ ਤਾਂ ਕਦੇ ਸਰੀਕਾ ਨੀ ਸੀ ਕਰਿਆ, ਮੈਨੂੰ ਤਾਂ ਜਿੰਨਾ ਪਤਾ ਸੀ ਉਹਨੇ ਵਧੀਆ ਸੀ, ਉਹਨੇ ਮੇਰੇ ਚੱਲ ਭਾਈ ਉਹ ਵੱਡੀ ਸੀ, ਉਹਨੂੰ ਵੱਧ ਪਾਤਾ, ਅਗਲਾ ਵੱਡੇ ਦੇ ਚਾਲ ਆੜ ਪੂਰੇ ਕਰ ਲੈਣਾ, ਮੈਂ ਛੋਟੀ ਸੀ ਮੈਨੂੰ ਭੋਰਾ ਘੱਟ ਪਾਤਾ। ਫਿਰ ਇਹੀ ਕਰ ਲਓ ਹਨਾ, ਹੁਣ ਵੱਡੀ ਦੇ ਚਾਲ ਆੜ ਪੂਰੇ ਹੋ ਗਏ, ਮੈਂ ਵੱਡੀ ਹਾਂ, ਮੈਨੂੰ ਵੱਧ ਪਾਤਾ, ਛੋਟੀ ਨੂੰ ਘੱਟ ਪਾ ਦਿਓ, ਤੋੜੋ ਛੋਟੀ ਨੂੰ ਚਾਰ ਪਾ ਦਿਓ ਨਾ, ਮੈਂ ਤੂੰ ਵੱਡੀ ਨੀ, ਵੱਡੀ ਤਾਂ ਕਹਿੰਦੇ ਫਿਰ ਤਾਈ ਦਾ ਮੁੰਡਾ ਵੱਡਾ ਕੀ ਹੋ ਗਿਆ ਜੇ ਮਗਰੋਂ, ਕਹਿੰਦੇ ਹੁਣ ਛੋਟਾ ਕੇ ਕਹਿੰਦੇ ਗੁਰਲਾਲ ਤੋਂ, ਵੱਡੀ ਤਾਂ ਤੇਰੀ ਤਾਈ ਹੈ ਪਹਿਲਾਂ, ਹੁਣ ਤਾਂ ਵੱਡੀ ਮੈਂ ਹੀ ਰਹੂਗੀ, ਉਹ ਤਾਂ ਹੁਣ ਛੋਟੀ ਹੀ ਰਹੂਗੀ, ਉਹ ਵੱਡੀ ਨੀ ਬਣ ਸਕਦੀ। ਚੱਲ ਕੋਈ ਨਾ ਭਾਈ, ਉਹ ਤਾਂ ਫਿਰ ਤਾਈ ਕਹਿੰਦੇ ਫਿਰ ਸਾਹ ਬਰਾਬਰ ਹੋ ਗਿਆ, ਜੋ ਤੈਨੂੰ ਪਹਿਲਾਂ ਘੱਟ ਪਾਇਆ ਸੀ ਹੁਣ ਤਾਈ ਦੀ ਨੂੰਹ ਨੂੰ ਘੱਟ ਪਾ ਦੇਣੇ, ਜੇ ਤਾਈ ਐ ਕਰ ਲੈ ਤੂੰ ਤਾਈ ਦੋ ਤੋਲੇ ਲਈ ਬੇਟੀ ਆਪਾਂ ਤਿੰਨ ਪਾ ਦੇਵਾਂਗੇ, ਕਰੋ ਤਿੰਨ ਕਿਉਂ ਪਾ ਦੇਵਾਂਗੇ, ਹਾਂ ਫਿਰ ਤਾਈ ਨਾਲ ਗੱਲ ਕਰ ਲਈ ਭਾਈ, ਪੰਜ ਤੈਨੂੰ ਪਾਓ, ਮੈਂ ਤਾਂ ਪੰਜ ਪਾਓ, ਬਾਕੀ ਆਪਦੀ ਗੱਲ ਕਰ ਲਈ। ਫਿਰ ਮੈਂ ਤਾਂ ਆਪ ਨਾਲ ਹੀ ਭਾਈ ਰਾਣੀ ਹਾਰ ਕਰਾਉਂ, ਮੈਂ ਵੀ ਨੀ ਉਹ ਸੈੱਟ ਰੱਖਦੀ, ਮੈਂ ਕਿਉਂ ਪਾਵਾਂ ਸੈੱਟ ਵਿਆਹ 'ਚ, ਵਾਲੀਆਂ ਸ਼ਹਿਰੋ ਤੁਸੀਂ, ਮੈਂ ਤਾਂ ਨਿੱਕਾ ਸੈੱਟ ਪਾ ਗਿਆ, ਮੇਰੇ ਗੱਲ ਨਾਲ ਚਿੰਬੜ ਜੋ ਤੇਰੀ ਬਣਾ, ਤੇ ਤਾਈ ਆਈ ਦੀ ਨੂੰ ਇੱਥੇ ਤੱਕ ਰਾਣੀ ਹਾਰ ਪਾ ਪਾ, ਮੈਨੂੰ ਰੋਜ਼ ਐਂ ਦਿਖਾਇਆ ਕਰੇ, ਦੇਖ ਭੈਣੇ ਮੇਰੇ ਤਾਂ ਰਾਣੀ ਹਾਰ ਹੈ, ਤੇਰਾ ਨਿੱਕਾ ਜਿਹਾ ਸੈੱਟ ਹੈ ਕੁੜੇ, ਤੂੰ ਕਰਵਾ ਲੈਂਦੀ ਉਹਨੂੰ, ਅਗਲੀ ਨੂੰ ਤਾਂ ਕਹੀ ਦੇਣੇ, ਮੈਂ ਕਿਹੜਾ ਉਦੋਂ ਆਈ ਸੀ, ਫਾਇਦਾ ਨੀ ਭਾਈ, ਤੂੰ ਬਰਾਬਰ ਦਾ ਕਰਵਾ ਲੈਂਦੀ, ਮੈਂ ਤਾਂ ਬਰਾਬਰ ਦਾ ਕਰਵਾਉਂ, ਮੈਂ ਤਾਂ ਜਮਾ ਇੰਚ ਪਰੇ ਕੀ ਹੋਣ ਦਿੰਦੀ ਆ, ਜੇ ਤਾਈ ਐਂ ਕਰਦੀ ਹੈ ਨਾ, ਜਿਹੜੇ ਹਿਸਾਬ ਨਾਲ ਤਾਈ ਚੱਲੂ ਉਵੀਂ ਮੈਂ, ਜੇ ਸੱਤ ਤੋਲੇ ਉਹਨੂੰ ਹੋਣਗੇ ਤੇ ਸੱਤ ਦੀ ਮੈਂ ਕਰਾਉਂ, ਮੈਂ ਤਾਂ ਆਪ ਰਾਣੀ ਹਾਰ ਕਰਵਾਉਂ, ਆ ਜਾਂਦੀ ਉਹਨੂੰ ਘਰੇ, ਹੁਣ ਤਾਂ ਮੈਂ ਸੰਭਰ ਦਿਆਂ। ਫਿਰ ਕਹਿੰਦੇ ਕਲੇਸ਼ ਕਰਦੀ ਹੈ ਜੇ ਮਾੜੀ, ਮੈਨੂੰ ਦੱਸ ਦੇ, ਉਹ ਮੈਂ ਕੀ ਕਲੇਸ਼ ਕਰਦੀ ਹਾਂ, ਕਲੇਸ਼ ਤਾਂ ਤੁਸੀਂ ਆਪ ਛੇੜ ਦੋ, ਕਲੇਸ਼ ਤਾਂ ਤਾਈ ਛੇੜਦੀ ਹੈ, ਮੈਂ ਕਹਿੰਦਾ ਤਾਈ ਦੇ ਮੂੰਹ ਕਾਹਨੂੰ ਲੱਗਣੇ, ਤਾਈ ਨਾਲ ਮੈਨੂੰ ਗੱਲ ਕਰਨੀ ਪਊ। ਵੱਖਰੀ ਸੋਚ ਚੈਨਲ ਦੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੋ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ, ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਇਹਦਾ ਅਗਲਾ ਐਪੀਸੋਡ ਜ਼ਰੂਰ ਦੇਖਣਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਕਮੈਂਟ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵੱਖਰੀ ਸੋਚ ਚੈਨਲ ਤੇ ਜਿਨ੍ਹਾਂ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ, ਅਸੀਂ ਨਾਮ ਬੋਲਣ ਜਾ ਰਹੇ ਹਾਂ। ਹਰਦੇਵ ਸਿੰਘ ਜੀ, ਪਰਮਿੰਦਰ ਕੌਰ ਫਤਿਹਗੜ੍ਹ ਸਾਹਿਬ ਜੀ, ਰੇਖਾ ਸ਼ਰਮਾ, ਦਰੁਵਿਕਾ ਸ਼ਰਮਾ, ਨੈਤ ਸ਼ਰਮਾ, ਲੀਲਾ ਰਾਮ ਨਾਂਗਲਾ, ਰਵਿੰਦਰ ਕੌਰ ਹਮਜਾਪੁਰ, ਲਵਪ੍ਰੀਤ ਇੰਜੀਨੀਅਰ ਵਰਕਸ ਕੋਟਕਪੂਰਾ, ਕ੍ਰਿਸ਼ਨ ਲਾਲ ਡਰਾਈਵਰ ਡੇਲਵਾ ਰਾਜਸਥਾਨ, ਬਲਵਿੰਦਰ ਸਿੰਘ ਚਾਨਾ, ਵੀਰਪਾਲ ਕੌਰ ਚਾਨਾ, ਰਾਮਗੜੀਆ ਰਤੀਆ ਹਰਿਆਣਾ, ਐਸ਼ਾ ਭੁੱਲਰ ਅਮੈਸ਼ਾ ਭੁੱਲਰ, ਜੁਗਰਾਜ ਭੁੱਲਰ, ਡਾਕਟਰ ਰਣਜੀਤ ਸਿੰਘ ਖੰਘੂੜਾ, ਲਤਾੜਾ ਲੁਧਿਆਣਾ, ਕੈਲਗਰੀ ਕੈਨੇਡਾ, ਗੁਰਵਿੰਦਰ ਸਿੰਘ ਕੁਲਾਰ, ਪਿੰਡ ਮਿੱਡੂ ਖੇੜਾ, ਸ੍ਰੀ ਮੁਕਤਸਰ ਸਾਹਿਬ ਜੀ, ਬੌਬੀ ਰਾਜਾ ਹਾਂਗਕਾਂਗ, ਤਰਨਵੀਰ ਸਿੰਘ ਮੋਗਾ, ਹੈਪੀ ਜੋਸ਼ੀ, ਪਰਮਜੀਤ ਕੌਰ ਮੋਗਾ, ਰਵਿੰਦਰ ਕੌਰ ਗੜਸਾਣਾ ਮੰਡੀ, ਬਲਜਿੰਦਰ ਸਿੰਘ, ਗੁਰਦਾਸ ਗਿੱਲ, ਰਜਿੰਦਰ ਸਿੰਘ ਧਾਲੀਵਾਲ ਦਿੜਬਾ, ਅਰਸ਼ਪ੍ਰੀਤ ਸਿੰਘ ਸੇਖੋਂ, ਕੁਲਦੀਪ ਜੋਸ਼ੀ, ਅਮਰ ਸਿੰਘ ਪਟਿਆਲਾ, ਪਰਮਜੀਤ ਜਗਰਾਓਂ, ਹਰਪਾਲ ਢਿੱਲੋਂ, ਨਰਸੀ ਰਾਮ ਬਠਿੰਡਾ, ਗੌਰਵ ਅਰੋੜਾ ਦਿੱਲੀ, ਰੇਨੂ ਅਰੋੜਾ ਦਿੱਲੀ, ਜਸਜੀਤ ਸ਼ਰਮਾ, ਦੀਪਾ ਸੁਨਿਆਣਾ, ਨਛੱਤਰ ਪਸੌੜੀਆ ਪਸੌੜਵਾਲਾ, ਬੰਤ ਸਿੰਘ, ਕੁਲਵਿੰਦਰ ਕੌਰ ਨਾਗਰਾ, ਦਰਸ਼ਨ ਸਿੰਘ ਚੁਨੇਰ, ਸ਼ਾਸ਼ੀ ਬਾਦਵਾ ਸ਼੍ਰੀ ਪੌਂਟਾ ਸਾਹਿਬ ਜੀ, ਓਮ ਪ੍ਰਕਾਸ਼, ਸਤੀਸ਼ ਖਿੱਪਲਾ, ਦਰਸ਼ਨ ਸਿੰਘ ਗੜਸਾਣਾ ਨਵੀਂ ਮੰਡੀ ਰਾਜਸਥਾਨ, ਸੁਖਵਿੰਦਰ ਕੌਰ ਹੁਸ਼ਿਆਰਪੁਰ ਭੂਰਾ ਕੰਝੇਰੀ, ਵਿਜੇ ਲਕਸ਼ਮੀ, ਕੁਲਵਿੰਦਰ ਸਿੱਧੂ, ਕਮਲਦੀਪ ਬਠਿੰਡਾ, ਰਾਜਨ ਸ਼ਰਮਾ, ਈਸ਼ਾ ਸ਼ਰਮਾ, ਸੁਮਨ ਬਾਲਾ, ਸੌਂਡ ਪ੍ਰਤਾਪ, ਸਾਲੂ ਖਾਨ, ਕੁਲਵੀਰ ਗਿੱਲ, ਪੁਸ਼ਪਾ ਰਾਣੀ, ਮਨੋਹਰ ਲਾਲ ਬਜਾਜ, ਨਿਰਮਲਾ ਰਾਣੀ ਬਜਾਜ, ਕੋਠਾ ਗੁਰੂ ਬਠਿੰਡਾ, ਕਮਲੇਸ਼ ਪਠੇਲਾ, ਸ੍ਰੀ ਮੁਕਤਸਰ ਸਾਹਿਬ ਜੀ, ਜਗ ਮਹਿੰਦਰ ਸਿੰਘ ਰਤੀਆ, ਕੇ ਕੇ ਸੀ, ਸੁਰਜੀਤ ਸਿੰਘ,
ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ, ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ। ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਮੰਨੀ ਰਹਿ ਗਏ, ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ। ਸਾਨੂੰ ਕਮੈਂਟ ਕਰਨ ਲਈ, ਸਾਨੂੰ ਸੁਝਾਉ ਦੇਣ ਲਈ, ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭਾਈ ਦਾ ਨਾਂ ਕਿੱਥੇ ਬੋਲੇ?